ਹੰਜੂਆਂ ਦੇ ਵਿੱਚ ਅੰਮ ਨੂੰ ਪਾ ਕੇ ਪੀਣਾ ਸਿੱਖ ਲਿਆ ਹੰਜੂਆਂ ਦੇ ਵਿੱਚ ਅੰਮ ਨੂੰ ਪਾ ਕੇ ਪੀਣਾ ਸਿੱਖ ਲਿਆ ਡੈਡੀ ਦੇ ਫਾਦਰ ਸਾਹਿਬ ਦੀ ਇਮੇਜ ਕਰਕੇ ਬੜਾ ਚੂਜੀ ਜਿਹਾ ਬਣ ਕੇ ਸਾਨੂੰ ਚੱਲਣਾ ਪੈਂਦਾ ਕਿ ਕੋਈ ਇਦਾਂ ਦਾ ਪ੍ਰੋਜੈਕਟ ਜਾਂ ਕੋਈ ਇਦਾਂ ਦਾ ਗਾਣਾ ਨਾ ਕਰਦੀ ਕਿ ਕਾਨੂੰ ਪਬਲਿਕ ਸਾਨੂੰ ਇਹ ਕਹੇ ਕਿ ਯਾਰ ਆ ਕੀ ਕੀਤਾ ਰਿਸਪੌਂਸਿਬਿਲਟੀ ਕਿਵੇਂ ਲੈ ਪਾ ਰਹੇ ਹੋ ਔਰ ਖੁਦ ਤੇ ਕਿੰਨਾ ਕੁ ਰਹਿੰਦਾ ਹੈ ਹਮੇਸ਼ਾ ਪ੍ਰੈਸ਼ਰ ਯਾ ਕਿ ਇੱਕ ਹਿਸਾਬ ਦੇ ਇੱਕ ਤਰਫ ਆਪਣੇ ਫਾਦਰ ਦੀ ਲੇਗੇਸੀ ਵੀ ਰੱਖਣੀ ਹੈ ਇੱਕ ਤਰਫ ਫੈਮਿਲੀ ਨੂੰ ਵੀ ਦੇਣਾ ਹੈ ਉਸ ਨਾਮ ਨੂੰ ਬਰਕਰਾਰ ਰੱਖਣਾ ਜਿਹੜਾ ਸਾਡੇ ਲਈ ਸਾਰਿਆਂ ਲਈ ਜਿੰਨੇ ਸਾਡੇ ਮੈਂਬਰ ਨੇ ਫੈਮਿਲੀ ਦੇ ਮੈਂਬਰ ਨੇ ਜਿੰਨੇ ਸਾਰੇ ਡੈਡੀ ਦੇ ਸਟੂਡੈਂਟਸ ਨੇ ਸਾਡਾ ਸਾਰਿਆਂ ਦਾ ਹੀ ਇਹੀ ਹੁੰਦਾ ਹੈ ਮੇਨ ਕਿ ਸਾਡੇ ਕੋਲ ਕੋਈ ਇਦਾਂ ਦੀ ਮਿਸਟੇਕ ਨਾ ਹੋ ਜਾਏ ਕਿ ਲੋਕ ਉੱਠ ਕੇ ਇਹ ਕਹਿਣ ਕਿ ਯਾਰ ਉਹ ਉਹਨਾਂ ਡੈਡੀ ਦਾ ਨਾਮ ਲੈ ਕੇ ਵੀ ਯਾਰ ਉਹਨਾਂ ਦਾ ਬੇਟਾ ਸੀ ਜਾਂ ਉਹਨਾਂ ਦਾ ਸਟੂਡੈਂਟ ਸੀ ਜਾਂ ਉਹਨਾਂ ਦਾ ਜੂਰੀ ਹੈ ਮੈਂ ਉਹਨਾਂ ਨੂੰ ਕਾਲ ਕੀਤੀ ਤੇ ਉਹ ਜਿਹੜੇ ਪਰਸਨ ਸੀਗੇ ਉਹ ਮੇਰੇ ਨਾਲ ਦੀ ਗੱਡੀ ਦੇ ਵਿੱਚ ਸੀਗੇ ਓਕੇ ਅਸੀਂ ਦੇਖ ਕੇ ਕਾਲ ਕੀਤੀ ਟ੍ਰੈਫਿਕ ਲਾਈਟ ਤੇ ਖੜੇ ਸੀਗੇ ਅਸੀਂ ਮੈਂ ਉਹਨਾਂ ਨੂੰ ਕਾਲ ਕੀਤੀ ਇਸ ਕਰਕੇ ਮੈਂ ਕੁਛ ਉਦਾਂ ਨਹੀਂ ਕੀਤੀ ਵੈਸੇ ਕੀਤੀ ਵੀ ਮੈਂ ਗੱਡੀ ਰੋਕੋ ਆਪਾਂ ਹਣਾ ਮੜੀ ਜਿਹੀ ਗੱਲਾਂ ਕਰ ਲਈਏ ਕੁਛ ਇੰਦਾ ਐ ਐਕਸਾਈਟਮੈਂਟ ਹੁੰਦੀ ਹੈ ਔਰ ਉਹਨਾਂ ਨੇ ਮੇਰਾ ਨੰਬਰ ਦੇਖਿਆ ਔਰ ਮੇਰਾ ਫੋਨ ਉਹਨਾਂ ਨੇ ਡਿਸਕਨੈਕਟ ਕਰਕੇ ਫੋਨ ਥੱਲੇ ਰੱਖ ਨੇ ਉਹ ਨਹੀਂ ਮੈਂ ਥੋੜਾ ਜਨਾ ਕਿਤੇ ਮੀਟਿੰਗ ਦੇ ਵਿੱਚ ਸੀਗਾ ਤੇ ਮੈਂ ਬਿਜ਼ੀ ਸੀਗਾ ਫੈਮਲੀ ਦੇ ਨਾਲ ਸੀਗਾ ਔਰ ਗੱਡੀ ਦੇ ਵਿੱਚ ਉਹ ਇਕੱਲੇ ਸੀਗੇ ਇਕੱਲੇ ਸੀ ਕੋਈ ਫੈਮਲੀ ਨਹੀਂ ਸੀਗਾ ਮੈਨੂੰ ਕਹਿੰਦਾ ਮੈਂ ਫੈਮਲੀ ਦੇ ਨਾਲ ਸੀਗਾ ਯਾਰ ਕਿਤੇ ਆਏ ਹੋਏ ਸੀਗੇ ਫਿਰ ਮੈਂ ਕਹਾਂ ਚਲੋ ਠੀਕ ਤਰਾ ਅੰਬਰਾ ਤੇ ਕੋਈ ਕੋਈ ਏ ਤਰਾ ਅੰਬਰਾ ਤੇ ਕੋਈ ਕੋਈ ਏ ਤਰਾ ਅੰਬਰਾ ਤੇ ਕੋਈ ਕੋਈ ਏ ਸਾਡੇ ਫਿਰ ਹੰਝ ਪਹੁੰਚਦਾ ਸੋਲਦੇ ਫਿਰੇ ਹੰਜੂ ਪੂੰਝਦਾ ਅੱਖ ਤੇਰੀ ਵੀ ਤਾਂ ਰੋਈ ਹੋਈ ਏ ਅੱਜ ਵੀ ਚਾਹੇ ਉਹ ਸਾਡੇ ਨਾਲ ਨਹੀਂ ਨੇ ਉਹਨਾਂ ਦੀ ਉਹ ਮੈਨੂੰ ਹੱਲੇ ਵੀ ਪੜਾਉਂਦੇ ਰਹਿੰਦੇ ਉਹਨਾਂ ਦੀ ਉਹਨਾਂ ਦੀ ਵੀਡੀਓਜ਼ ਉਹਨਾਂ ਦੀ ਰਿਕਾਰਡਿੰਗਸ ਈਵਨ ਕੇ ਜਿਹੜੇ ਉਹਨਾਂ ਦੇ ਇੰਟਰਵਿਊਜ਼ ਨੇ ਉਹ ਇੰਟਰਵਿਊਜ਼ ਵੀ ਮੈਨੂੰ ਉਹਨਾਂ ਨੇ ਰਿਕਾਰਡ ਕਰਕੇ ਦਿੱਤੇ ਹੋਏ ਸੀਗੇ ਕਿ ਬੇਟਾ ਇਹ ਇੰਟਰਵਿਊਜ਼ ਵੀ ਤੂੰ ਸੁਣਨੇ ਆ ਕਿਉਂਕਿ ਤੈਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੇ ਕਿੰਨਾ ਬੋਲਣਾ ਹੈ ਔਰ ਕਿੱਦਾਂ ਬੋਲਣਾ ਹੈ ਲੀਵ ਯੋਰ ਵਰੀਜ਼ ਐਂਡ ਯੋਰ ਸ਼ੂਜ਼ ਐਟ ਦੀ ਡੋਰ ਬਿਲਕੁਲ ਸਹੀ ਗੱਲ ਕਹੀ ਹੈ ਭਈ ਜਿੱਥੇ ਜਾਣਾ ਹੈ ਨਾ ਉੱਥੇ ਆਪਣੀ ਟੈਨਸ਼ਨਸ ਜੰਨੀਆਂ ਹੁੰਦੀਆਂ ਹੈ ਉਹ ਬਾਹਰ ਹੀ ਰੱਖ ਕੇ ਜਾਣੀਆਂ ਚਾਹੀਦੀਆਂ ਐਂਡ ਸ਼ੂਜ਼ ਡਿਪੈਂਡ ਕਰਦਾ ਕਿ ਕਿਹੜੀ ਜਗ੍ਹਾ ਤੇ ਜਾ ਰਹੇ ਹੋ ਕਿ ਖੋਲਨੇ ਕਿ ਨਹੀਂ ਖੋਲਨੇ ਬਟ ਮੈਨੂੰ ਲੱਗਦਾ ਕਿ ਬੜਾ ਪਿਆਰਾ ਕੋਟ ਹੈ ਇਦਾਂ ਦੇ ਕੋਟ ਜਿਹੜੇ ਹੈ ਹਰ ਦਿਨ ਹਰ ਸਵੇਰੇ ਸਾਨੂੰ ਜਿਹੜੇ ਹੈ ਉਹ ਦੇਖਣ ਨੂੰ ਜਾਂ ਸੁਣਨ ਨੂੰ ਮਿਲਨੇ ਚਾਹੀਦੇ ਹੈ ਸੋ मेरे अजी शुरुआत तो इस कोर्ट के नाम हुई है हूँ मैं अपने शूज भी रिमूव कर चुकी हूँ जो मैं पा के आई से फुटबेयर एंड अपनी टेंशनस भी इतनी जी छ चुकी हूँ मैं अंदर जाऊंगी गलबात करूँगी और इतने मैं एलैक्स कोटी जी मेरे नई हाँ अब इंटरव्यू में उन्होंने गलबात करते हैं बहुत सारी गल्ला करनी है कॉल गीत तो उन्हों आया है उसके बारे भी गल कराँगी और पुराने गीतों बारे भी गल करसली साबरकोटी साहब जी के बेटे ने जिक्र तो होगा ही होएगा सो चल रहा ਮੈਂ ਤਾਂ ਆਪਣੀ ਸਾਰੀ ਵਰੀਸ ਡੋਰਤੀ ਛੱਡ ਕੇ ਆ ਚੁੱਕੀ ਹਾਂ ਹੁਣ ਮੈਂ ਵੇਟ ਕਰ ਰਹੀ ਆ ਐਲੈਕਸ ਜੀ ਦੀ ਜਦੋਂ ਇੱਥੇ ਆਨਗਰ ਨਾਲ ਗੱਲਬਾਤ ਕਰਦੇ ਆ ਮੈਂ ਹੁਣ ਤੱਕ ਇੱਥੇ ਬੈਠ ਕੇ ਬਿਲਡ ਕਰਦੀ ਹਾਂ ਹੈਲੋ ਜੀ ਸਰ ਜੀ ਸਸਿਕਾ ਜੀ ਕੀ ਹਾਲ ਚਾਲ ਠੀਕ ਹੈ ਜੀ ਠੀਕ ਹੈ ਜੀ ਥੋੜੀ ਵੇਟ ਹੀ ਕਰਨੀ ਸੋ ਐਲੈਕਸ ਬਹੁਤ ਬਹੁਤ ਸਵਾਗਤ ਹੈ ਬਾਲੀਵੁੱਡ ਦਾ ਪੰਜਾਬੀ ਤੇ ਕੀ ਹਾਲ ਚਾਲ ਹੈ ਸਭ ਤੋਂ ਪਹਿਲੇ ਇਹ ਦੱਸੋ ਬਹੁਤ ਵਧੀਆ ਜੀ ਬਹੁਤ ਵਧੀਆ ਕਿਰਪਾ ਮਾਲਿਕ ਜੀ ਹੋਣੀ ਵੀ ਚਾਹੀਦੀ ਹੈ ਰੈਡੀ ਵੀ ਚਾਹੀਦੀ ਹੈ ਬੜੀ ਨਾ ਸੋਹਣੀ ਜੀ ਗੱਲ ਬਾਤ ਲਿਖੀ ਹੋਈ ਹੈ ਸਟੂਡੀਓ ਦੇ ਕਿ ਆਪਣੀ ਵਰੀਜ਼ ਆਪਣੀ ਚਿੰਤਾਵਾਂ ਤੇ ਆਪਣੇ ਬੂਡ ਜਿਹੜੇ ਆ ਤੁਸੀਂ ਦੋਰ ਤੇ ਛੱਡ ਕੇ ਆਓ ਤੇ ਮੈਂ ਛੱਡ ਕੇ ਆਈ ਆ ਮੈਨੂੰ ਲੱਗਦਾ ਹੈ ਕਿ ਸਭ ਤੋਂ ਵਧੀਆ ਚੀਜ਼ ਹੁੰਦੀ ਜਦੋਂ ਇਦਾਂ ਦੇ ਕੋਰਸ ਅਸੀਂ ਪੜ੍ਹਦੇ ਆ ਨਾ ਕਿਉਂਕਿ ਅੱਜ ਕੱਲ ਇੰਨੀ ਟੈਨਸ਼ਨ ਹੈ ਲਾਈਫ ਦੇ ਵਿੱਚ ਔਰ ਇਦਾਂ ਦੀ ਚੀਜ਼ਾਂ ਜਿਹੜੀਆਂ ਐ ਇਮੋਟੀਵੇਸ਼ਨ ਵਾਲੀਆਂ ਹੋਣੀ ਬਹੁਤ ਜ਼ਰੂਰੀ ਹੈ ਜੀ ਜੀ ਬਿਲਕੁਲ ਸੋ ਤੁਸੀਂ ਵੀ ਆਪਣੀ ਟੈਂਸ਼ਨਸ ਔਰ ਆਪਣੇ ਸ਼ੂਸ ਤਾਂ ਤੁਸੀਂ ਲਾ ਆਏ ਹੋ ਟੈਂਸ਼ਨ ਵੀ ਛੱਡ ਆਏ ਹੋ ਉੱਥੇ ਹਾਂ ਜੀ ਹਾਂ ਜੀ ਬਸ ਬਾਹਰ ਹੀ ਛੱਡ ਕੇ ਆਈਦਾ ਆ ਫੇਰ ਆ ਕੇ ਅੰਦਰ ਕੰਮ ਕਰੀਦਾ ਬਿਕਾਜ਼ ਜਦੋਂ ਟੈਂਸ਼ਨ ਮਾਈਂਡ ਤੇ ਹੋਵੇ ਫਿਰ ਬੰਦਾ ਕੰਮ ਨਹੀਂ ਕਰ ਸਕਦਾ ਬਿਲਕੁਲ ਐਂਡ ਕਾਲ ਕਰਕੇ ਕਿੰਨੀਆਂ ਕਾਲਜ਼ ਆ ਰਹੀਆਂ ਐ ਦੱਸੋ ਮੈਂ ਦੇਖ ਰਹੀ ਸੀ ਸਟੋਰੀਸ ਤਾਂ ਬਹੁਤ ਸ਼ੇਅਰ ਕਰ ਰਹੇ ਹੋ ਬਹੁਤ سارے ਫੈਨਸ ਦਾ ਜਿਹੜਾ ਤੁਹਾਡੇ ਚਾਹਣ ਵਾਲੇ ਨੇ ਆਪਣੀ ਵੀਡੀਓ ਸਾਂਝੀਆਂ ਕਰ ਰਹੇ ਨੇ ਜੀ ਕਿੰਨੀਆਂ ਕਾਲਜ਼ ਆ ਰਹੀਆਂ ਕਾਲ ਕਰਕੇ ਕਾਲਸ ਬਹੁਤ ਸਾਰੀਆਂ ਆ ਰਹੀਆਂ ਨੇ ਅ ਕਿਉਂਕਿ ਕਾਫੀ ਲੌਂਗ ਟਾਈਮ ਦੇ ਬਾਅਦ ਪ੍ਰੋਜੈਕਟ ਕੀਤਾ ਹੈ ਔਰ ਡੈਡੀ ਦੇ ਫਾਦਰ ਸਾਹਿਬ ਦੀ ਇਮੇਜ ਕਰਕੇ ਬੜਾ ਚੂਜੀ ਜਿਹਾ ਬਣ ਕੇ ਸਾਨੂੰ ਚੱਲਣਾ ਪੈਂਦਾ ਕਿ ਕੋਈ ਇਦਾਂ ਦਾ ਪ੍ਰੋਜੈਕਟ ਜਾਂ ਕੋਈ ਇਦਾਂ ਦਾ ਗਾਣਾ ਨਾ ਕਰਦੀ ਕਿ ਕੱਲ ਨੂੰ ਪਬਲਿਕ ਸਾਨੂੰ ਇਹ ਕਹੇ ਕਿ ਯਾਰ ਆ ਕੀ ਕੀਤਾ ਸੋ ਟਿਲ ਨਾਊ ਰਿਜ਼ਲਟ ਅੱਛਾ ਹੈ ਜੀ ਮੈਂ ਚਾਹੂੰਗੀ ਦੋ ਲਾਈਨ ਅਪ ਪਲੀਜ਼ ਕਾਲ ਦੀ ਹੋ ਜਾਵੇ ਮੇਰੇ ਮੈਸੇਜ ਤੂੰ ਸੇਨ ਕਰ ਛੱਡਤੇ ਵੇ ਤੂੰ ਸੋਹਣਿਆ ਸਵਾਲ ਮੇਰੇ ਦਬਤੇ ਮੇਰੇ ਮੈਸੇਜ ਤੂੰ ਸੇਨ ਕਰ ਛੱਡਤੇ ਵੇ ਤੂੰ ਸੋਹਣਿਆ ਸਵਾਲ ਮੇਰੇ ਦਬਤੇ ਉਡੀਕ ਵੇ ਜਵਾਬ ਦੀ ਰਹੀ ਤੇਰੀ ਆਈ ਨਾ ਹੀ ਨਾ ਕਾਲ ਸੋਹਣਿਆ ਮੈਂ ਸਾਰੀ ਰਾਤ ਜਾਗਦੀ ਰਹੀ ਹੋ ਤੇਰੀ ਆਈ ਨਾ ਆਈ ਨਾ ਕੋਲ ਸੋਹਣਿਆ ਮੈਂ ਸਾਰੀ ਰਾਤ ਜਾਗਦੀ ਰਹੀ ਤੁਸੀਂ ਤਾਂ ਨਹੀਂ ਰੀਅਲ ਲਾਈਫ ਦੇ ਵਿੱਚ ਇਦਾਂ ਦੀ ਗੁਸਤਾਖੀ ਕੀਤੀ ਹੋਵੇ ਮੈਸੇਜ ਹੀਨ ਕਰਕੇ ਛੱਡਣ ਵਾਲੀ ਨਹੀਂ ਕਦੀ ਨਹੀਂ ਐ ਐਕਚੁਅਲ ਦੇ ਵਿੱਚ ਡੈਡੀ ਤੋਂ ਸਾਨੂੰ ਤਾਲੀਮ ਇਹ ਮਿਲੀ ਹੈ ਆਪਣੇ ਕਿ ਕਿਸੇ ਦੇ ਨਾਲ ਵੀ ਜਿਹੜਾ ਕਿਸੇ ਨੂੰ ਇਗਨੋਰ ਨਹੀਂ ਕਰਨਾ ਕਿਉਂਕਿ ਪਿਆਰ ਜਿਹੜਾ ਹੈ ਉਹ ਜ਼ਿੰਦਗੀ ਭਰ ਬਣਿਆ ਰਹਿਣਾ ਚਾਹੀਦਾ ਸੋ ਇਸ ਕਰਕੇ ਇਦਾਂ ਦਾ ਕੰਮ ਕਦੀ ਨਹੀਂ ਕਰੀਦਾ ਕਰਨਾ ਵੀ ਨਹੀਂ ਚਾਹੀਦਾ ਮੈਨੂੰ ਲੱਗਦਾ ਹੈ ਨਾ ਕਿਉਂਕਿ ਫੀਲਿੰਗਸ ਬਹੁਤ ਜ਼ਰੂਰੀ ਹੁੰਦੀ ਹੈ ਹਰ ਕਿਸੇ ਦੀ ਜਦੋਂ ਅਸੀਂ ਕਿਸੇ ਦੀ ਫੀਲਿੰਗ ਹਰਟ ਕਰਦੇ ਹਾਂ ਨਾ ਸਾਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਅਗਲੇ ਬੰਦੇ ਨਾਲ ਕੀ ਕਰ ਦਿੱਤਾ ਬਟ ਉਹ ਮੈਂਟਲ ਬ੍ਰੇਕਡਾਊਨ ਜਿਹੜਾ ਅਗਲੇ ਇਨਸਾਨ ਦਾ ਹੋ ਜਾਂਦਾ ਹੈ ਉਹ ਸਾਨੂੰ ਸਮਝ ਵੀ ਨਹੀਂ ਆਉਂਦਾ ਬਹੁਤ ਸੋਹਣਾ ਗਾਣਾ ਹੈ ਬਹੁਤ ਸਾਰਾ ਲਿਖਿਆ ਗਿਆ ਹੈ ਜਿਨ੍ਹਾਂ ਨੇ ਲਿਖਿਆ ਹੈ ਨਾ ਔਰ ਮਿਊਜ਼ਿਕ ਵੀ ਬਹੁਤ ਅੱਛਾ ਹੈ ਵੀਡੀਓ ਬਹੁਤ ਪਿਆਰੀ ਬਣੀ ਜਦੋਂ ਤੁਸੀਂ ਕਿਹਾ ਕਿ ਮੈਂ ਸੋਚਣਾ ਪੈਂਦਾ ਹੈ ਸਾਬਰ ਗੁਟੀ ਸਾਹਿਬ ਕਰਕੇ ਵੀ ਹੈ ਨਾ ਉਹਨਾਂ ਦੀ ਇਮੇਜ ਕਰਕੇ ਵੀ ਕਿ ਕੋਈ ਗਾਣਾ ਇਦਾਂ ਦਾ ਨਾ ਚੱਲ ਜਾਵੇ ਸਾਡੇ ਵੱਲੋਂ ਕੋਈ ਇਦਾਂ ਦੀ ਮਿਸਟੇਕ ਨਾ ਹੋ ਜਾ ਕਿ ਲੋਕੀ ਸਾਡੇ ਤੇ ਪੁਆਇੰਟ ਆਊਟ ਸਨ ਕੋਸ਼ਨ ਕਰਨ ਹੈ ਨਾ ਸੋ ਇਹ ਗਾਣਾ ਕਦੋਂ ਦਾ ਪਲਾਨ ਹੋ ਰਿਹਾ ਸੀ ਕਿਵੇਂ ਫਾਈਨਲਾਈਜ਼ ਹੋਇਆ ਅ ਇਸ ਗਾਣੇ ਨੂੰ ਸਾਨੂੰ ਲਗਭਗ ਇਸ ਗਾਣੇ ਨੂੰ ਨਹੀਂ ਐਕਚੁਅਲੀ ਇਹਦੇ ਨਾਲ ਹੋਰ ਵੀ ਪ੍ਰੋਜੈਕਟਸ ਨੇ ਆਨ ਕਮਿੰਗ ਗਾਣੇ ਬਹੁਤ ਸੋਚ ਸਮਝ ਕੇ ਸੀ 4 ਸਾਲ ਲੱਗੇ ਸਾਨੂੰ ਕਿਉਂਕਿ ਇਮੇਜ ਜਿਹੜੀ ਉਹ ਬਰਕਰਾਰ ਰੱਖਣੀ ਚਾਹੀਦੀ ਹੈ ਡੈਡੀ ਦੀ ਬਿਲਕੁਲ ਸਾਡਾ ਕਰਕੇ ਉਸ ਤੇ ਕੋਈ ਦਾਗ ਨਹੀਂ ਲੱਗਣਾ ਚਾਹੀਦਾ ਸੋ ਇਸ ਗਾਣੇ ਨੂੰ ਆਈ ਥਿੰਕ ਲਗਭਗ ਸਾਲ ਤੋਂ 1.5 ਸਾਲ ਹੋ ਗਿਆ ਸੀਗਾ ਅਸੀਂ ਖੁਦ ਕਨਫਿਊਜ਼ ਸੀਗੇ ਕਿ ਕਰੀਏ ਜਾਂ ਨਾ ਕਰੀਏ ਅਗਰ ਨਹੀਂ ਕਰਦੇ ਤਾਂ ਟਾਈਮ ਦੇ ਨਾਲ ਚੱਲਣਾ ਵੀ ਜ਼ਰੂਰੀ ਹੈ ਟਰੈਂਡ ਜੋ ਚੱਲ ਰਿਹਾ ਉਹਦੇ ਸਾਹਮਣੇ ਚੱਲਣਾ ਪੈਣਾ ਔਰ ਅਗਰ ਕਰਦੇ ਆਂ ਤੇ ਕੱਲ ਨੂੰ ਯਾਰ ਕੋਈ ਕੋਈ ਕ੍ਰਿਟੀਸਾਈਜ਼ ਨਾ ਕਰੇ ਉੱਟ ਕੇ ਕਿ ਯਾਰ ਆ ਕੀ ਕੀਤਾ ਇਦਾਂ ਉਦਾਂ ਬਸ ਇਹ ਕਹਿ ਲੋ ਕਿ ਇੱਕ ਐਂਡ ਆਫ ਦਾ ਟਾਈਮ ਅਸੀਂ ਫਿਰ ਇਹੀ ਡਿਸਾਈਡ ਕੀਤਾ ਕਿ ਯਾਰ ਇਹੀ ਕਰਦੇ ਆਂ ਕੋਈ ਨਹੀਂ ਖੋਦ ਦੀ ਪਸੰਦ ਕੀ ਰਹਿੰਦੀ ਹੈ ਜਦੋਂ ਗਾਣਿਆਂ ਦੀ ਚੁਆਇਸ ਕਰਨੀ ਹੁੰਦੀ ਹੈ ਕਿਸ ਤਰ੍ਹਾਂ ਦਾ ਜੋ ਤੁਹਾਡੇ ਫਾਦਰ ਸਾਹਿਬ ਦੀ ਜਿਸ ਦੇ ਵਿੱਚ ਕਹਿ ਸਕਦੇ ਆ ਕਿ ਬਹੁਤ ਅੱਛੀ ਪਕੜ ਸੀ ਲੋਕਾਂ ਨੂੰ ਪਸੰਦ ਵੀ ਸੀ ਉਹਨਾਂ ਦੇ ਸੈਡ ਸੰਗਸ ਬਹੁਤ ਜ਼ਿਆਦਾ ਹਰ ਇੱਕ ਗੀਤ ਪਸੰਦ ਸੀ ਬਟ ਸੈਡ ਸੰਗ ਖਾਸ ਕਰ ਪਸੰਦ ਸੀ ਸੋ ਤੁਹਾਡੀ ਵੀ ਉਹੀ ਚੁਆਇਸ ਰਹਿੰਦੀ ਹੈ ਜਾਂ ਕੁਝ ਅਲੱਗ ਤੁਹਾਡਾ ਰਹਿੰਦਾ ਦਿਮਾਗ ਦੇ ਵਿੱਚ ਮੇਰੀ ਸ਼ੁਰੂ ਤੋਂ ਇੱਕ ਪ੍ਰੋਬਲਮ ਰਹੀ ਹੈ कि मैं अपने आप नु ना एक 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 ही कैटेगरी ਦੇ ਵਿੱਚ ਕੈਟੇਗਰੀਜ਼ ਨਹੀਂ ਕਰਨਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਸਾਰੇ ਕਹਿਣ ਕਿ ਹਾਂ ਯਾਰ ਇਹ ਸਿਰਫ ਸੈਡ गा ਸਕਦਾ ਹੈ ਜਾਂ ਇਹ ਸਿਰਫ सूफी गा ਸਕਦਾ ਹੈ ਡੈਡੀ ਨੇ ਵੀ ਸਾਨੂੰ ਸ਼ੁਰੂ ਤੋਂ ਵਰਸਟਾਈਲ ਗਾਣਾ ਸੁਣਾਇਆ ਔਰ ਸਿਖਾਇਆ ਵੀ ਗਜ਼ਲਾਂ ਕਵਾਲੀਆਂ ਕਾਫੀਆਂ ਰੋਮਾਂਟਿਕ ਈਵਨ ਕੇ ਹਿੰਦੀ ਬਾਲੀਵੁੱਡ ਸਾਰਾ ਕੁਝ ਅਸੀਂ ਸੁਣਦੇ ਸੀ ਸੋ ਕੋਸ਼ਿਸ਼ ਤਾਂ ਸਾਰਾ ਕੁਝ ਕਰਨ ਦੀ ਹੈਗੀ ਹੈ ਜੇ ਮੇਰੇ ਫੇਵਰੇਟ ਗਾਣਿਆਂ ਦੀ ਤੁਸੀਂ ਗੱਲ ਕਰੀਏ ਚੋਇਸ ਦੀ ਗੱਲ ਕਰੀਏ ਬੇਸ ਸਾਡਾ ਜਿਹੜਾ ਉਹ ਤਾਂ ਉਹੀ ਸੂਫੀ ਰਹਿਣਾ ਕਿਉਂਕਿ ਜਦੋਂ ਕਿਸੇ ਵੀ ਘਰ ਦਾ ਬੇਸ ਸਟਰੋਂਗ ਹੁੰਦਾ ਹੈ ਔਰ ਉਹਦੇ ਉੱਤੇ ਫਿਰ ਬਿਲਡਿੰਗ ਔਰ ਘਰ ਅੱਛਾ ਬਣਦਾ ਹੈ ਬਿਲਕੁਲ ਸੋ ਟੇਸਟ ਜਿਹੜਾ ਉਹ ਸ਼ੁਰੂ ਤੋਂ ਹੀ ਥੋੜਾ ਜਿਆਦਾ ਕੁਝ ਸੋਲਫੁਲ ਗਾਣਿਆਂ ਦਾ ਮਿੱਠੇ ਗਾਣਿਆਂ ਦਾ ਹੁਣ ਬਟੋਂ ਮਾਰਕੀਟ ਦੇ ਵਿੱਚ ਰਹਿਣਾ ਹੈ ਤੇ ਹਾਂ ਉਸ ਤਰੀਕੇ ਨਾਲ ਚੱਲਣਾ ਹੈ ਹੈਨਾ ਆਪਣੇ ਕਹਿੰਦੇ ਮੀਨੂ ਦੇ ਵਿੱਚ ਹਰ ਚੀਜ਼ ਐਡ ਕਰਨੀ ਜ਼ਰੂਰੀ ਹੈ ਹੈਨਾ ਤਾਂ ਨਹੀਂ ਪਤਾ ਕਿ ਆਡੀਅנס ਵੱਲੋਂ ਕੀ ਡਿਮਾਂਡ ਆ ਜਾਏਗੀ ਬਿਲਕੁਲ 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 ਓਕੇ ਆਡੀਅנס ਨੇ ਅਗਰ ਤੁਹਾਨੂੰ ਫਰਸ਼ ਤੋਂ ਅਸਤੱਕ ਲੈ ਕੇ ਜਾਣਾ ਨਾ ਫਿਰ ਉਹ ਰਾਤੋਂ ਰਾਤ ਲੈ ਜਾਂਦੇ ਹੈ ਹੈਨਾ ਔਰ ਕੰਟੈਂਟ ਜਿਹੜਾ ਹੈ ਉਹ ਮੇਰੇ ਖਿਆਲ ਦੇ ਨਾਲ ਜਿਹੜਾ ਤੁਹਾਡਾ ਗਾਣਾ ਹੈ ਚਾਹੇ ਉਹ ਕੋਈ ਵੀ ਤੁਸੀਂ ਕਰ ਰਹੇ ਹੋ ਆਈ ਥਿੰਕ ਉਸ ਚੀਜ਼ ਦਾ ਖਾਸ ਕਰਕੇ ਖਿਆਲ ਰੱਖਣਾ ਚਾਹੀਦਾ ਬਿਕੋਜ਼ 뮤직 ਜਿਹੜਾ ਹੈ ऑडियंस ਦੇ नेचर ਤੇ ਉਹਨਾਂ ਦੇ ਬ੍ਰੇਨ ਤੇ ਬਹੁਤ ਇਫੈਕਟ ਕਰਦਾ ਹੈ ਬਿਲਕੁਲ ਬਿਲਕੁਲ ਇਹ ਚੀਜ਼ ਮੈਂ ਲਾਦਾ ਹਰ ਕੋਈ ਵੀ ਨਹੀਂ ਸਮਝਦਾ ਹਰ ਕੋਈ ਆਰਟਿਸਟ ਹੀ ਸਮਝਦਾ ਕਿਉਂਕਿ ਇੱਕ ਗੱਲ ਬਹੁਤ ਪੁਰਾਣੀਆਂ ਹੋ ਚੁੱਕੀ ਹੈ ਨਾ ਅਸੀਂ ਬਹੁਤ ਡਿਸਕਸ ਕਰ ਚੁੱਕੇ ਹਾਂ ਕਿ ਯਾਰ 뮤직 ਦਾ ਇਫੈਕਟ ਪੈਂਦਾ ਹੈ ਵਰਡਸ ਦਾ ਇਫੈਕਟ ਪੈਂਦਾ ਹੈ ਕਈ ਆਰਟਿਸਟ ਕਹਿੰਦੇ ਕਿ ਨਹੀਂ ਪੈਂਦਾ ਹੈ ਨਾ ਇਹ ਇਹ ਸਿਰਫ ਐਂਟਰਟੇਨਮੈਂਟ ਲਈ ਹੈ ਬਟ ਅਸੀਂ ਮੰਨੀਏ ਨਾ ਮੰਨੀਏ ਕਿਤਨਾ ਕਿਤੇ ਜਦੋਂ ਅਸੀਂ ਵਿਜ਼ੂਅਲਸ ਵੇਖਦੇ ਆ ਹੈਨਾ ਕੋਈ ਚੀਜ਼ ਅਸੀਂ ਰਾਈਮਸ ਦੇ ਵਿੱਚ ਸੁਣਦੇ ਆ ਜਾਂ 뮤ਜ਼ਿਕ ਦੇ ਵਿੱਚ ਹੁੰਦੇ ਉਹ ਅਸਰ ਪਾਉਂਦੀਆਂ ਹੀ ਪਾਉਂਦੀਆਂ ਦਿਮਗ ਦੇ ਵਿੱਚ ਜਿੱਦਾਂ ਹੁਣ ਅਸੀਂ ਕੋਈ ਸਵੇਰੇ ਗਾਣਾ ਇੱਕ ਸੁਣ ਲੈਨੇ ਆ ਪੂਰੀ ਦਿਨ ਸਾਡੇ ਦਿਮਗ ਦੇ ਵਿੱਚ ਉਹੀ ਚੱਲਦਾ ਰਹਿੰਦਾ ਹੈਨਾ ਸੋ 뮤ਜ਼ਿਕ ਦਾ ਬਹੁਤ ਵੱਡਾ ਇਫੈਕਟ ਹੈ ਜੀ 뮤ਜ਼ਿਕ ਨੂੰ ਲੈ ਕੇ ਤੁਹਾਡਾ ਹੁਣ ਤੱਕ ਦਾ ਜਿਹੜਾ ਸੰਗੀਤਕ ਸਫ਼ਰ ਹੈ ਜੀ ਕਿੰਨਾ ਸਮਝਦੇ ਹੋ ਖੁਦ ਨੂੰ ਕਿ ਮੈਂ ਕਾਮਯਾਬ ਹੋ ਚੁੱਕਿਆ ਜੋ ਮੈਂ ਸੋਚ ਕੇ ਚੱਲਿਆ ਸੀ ਜੋ ਐਲਕਸ ਸੋਚ ਕੇ ਚੱਲਿਆ ਸੀ ਉਹ ਕਿੰਨਾ ਪਰਸੈਂਟੇਜ ਤਾਂ ਨਹੀਂ ਆਪਾਂ ਕਹਿ ਸਕਦੇ ਬਟ ਕਿੰਨਾ ਲੱਗਦਾ ਕਿ ਮੈਂ ਮੰਜ਼ਿਲ ਦੇ ਕਰੀਬ ਆ ਨਹੀਂ ਅਜੇ ਮੈਨੂੰ ਜੋ ਲੱਗਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਜੇ ਆਪਾਂ ਕਾਮਯਾਬੀ ਦੀ ਗੱਲ ਕਰੀਏ ਜਾਂ ਮੈਂ ਆਪਣੀ ਸੈਟੀਸਫੈਕਸ਼ਨ ਦੀ ਗੱਲ ਕਰਾਂ ਮੇਰੇ ਖਿਆਲ ਨਾਲ ਮੈਂ ਹੱਲੇ ਕੁਝ ਕੀਤਾ ਹੀ ਨਹੀਂ ਹੈ ਬਿਕੋਜ਼ ਮੈਂ ਆਪਣੇ ਆਪ ਨੂੰ ਐਜ਼ ਅ ਸਟਰਗਲਰ ਲੈ ਕੇ ਚੱਲਦਾ ਹਾਂ ਕਿਉਂਕਿ ਬਹੁਤ ਸਾਰੇ ਇਦਾਂ ਦੇ ਐਗਜ਼ਾਮਪਲਸ ਨੇ ਸਾਡੇ ਅੱਗੇ ਇਹਨੇ ਵੱਡੇ ਵੱਡੇ ਆਰਟਿਸਟ ਨੇ ਜਿਨ੍ਹਾਂ ਨੇ 15 15 20 20 ਸਾਲ 30 30 ਸਾਲ ਸਟਰਗਲ ਕੀਤਾ ਔਰ 30 ਸਾਲ ਬਾਅਦ ਲੋਕ ਜਾਣਨ ਲੱਗੇ ਕਿ ਹਾਂ ਇਹ ਫਲਾਣਾ ਆਰਟਿਸਟ ਹੈ ਸੋ ਅਗਰ ਆਪਾਂ ਉਸ ਚੀਜ਼ ਨੂੰ ਉਧਰ ਕੰਪੈਰੀਜ਼ਨ ਕਰਦੇ ਆਂ ਤੇ ਮੇਰੇ ਖਿਆਲ ਨਾਲ ਮੈਂ ਤਾਂ ਅਜੇ ਕੁਝ ਵੀ ਨਹੀਂ ਕੀਤਾ ਮੈਂ ਤਾਂ ਸਿਰਫ ਇੱਕ ਕੋਸ਼ਿਸ਼ ਕਰ ਰਿਹਾ ਹਾਂ ਹੱਲੇ ਮੈਨੂੰ ਇਹ ਲੱਗੇਗਾ ਕਿ ਜਦੋਂ ਜਦੋਂ ਮੈਨੂੰ ਹਰ ਕੋਈ ਪਹਿਚਾਣਨ ਲੱਗੇਗਾ ਸਿਆਣਾ ਵੀ ਔਰ ਨਿਆਣਾ ਵੀ ਫਿਰ ਮੈਨੂੰ ਲੱਗੇਗਾ ਕਿ ਹਾਂ ਮੈਂ 100 ਚੋਂ 0.1% ਕੁਝ ਕੀਤਾ ਹੋਊਗਾ ਬਹੁਤ سارے ਲੋਕਾਂ ਦੇ ਸਵਾਲ ਹੁੰਦੇ ਹੈ ਸਿਰਫ ਤੁਹਾਡੀ ਗੱਲ ਨਹੀਂ ਮੈਂ ਕਰ ਰਹੀ ਆ ਆ ਓਵਰ 올 ਜਿੰਨੇ ਵੀ ਬਹੁਤ ਸਾਰੇ ਲੈਜੈਂਡ ਸਾਡੇ ਇੰਡਸਟਰੀ ਦੇ ਵਿੱਚ 뮤직 ਜਿਹੜੇ ਰਹੇ ਆ ਹੈਨਾ ਕੁਝ ਹੈ ਕੁਝ ਸਾਡੇ ਵਿੱਚ ਨਹੀਂ ਹੈਗੇ ਆ ਕਈ ਇਹ ਕਹਿੰਦੇ ਕਿ ਜਿੰਨਾ ਇੱਕ ਸਟਰੋਂਗ ਔਰਾ ਜਾਂ ਫਿਰ ਜਿੰਨੇ ਸਕਸੈਸਫੁਲ ਇੱਕ ਫਾਦਰ ਦਾ ਜਾਂ ਮਦਰ ਦਾ ਜੋ ਵੀ ਉਹਨਾਂ ਦੇ ਹੈਨਾ ਪੈਰੈਂਟ ਹੁੰਦੇ ਆ ਉਹਨਾਂ ਦਾ ਇੱਕ 뮤직 ਕੈਰੀਅਰ ਜਾਂ ਐਕਟਿੰਗ ਕੈਰੀਅਰ ਰਿਹਾ ਹੁੰਦਾ ਹੈ ਅੱਗੇ ਉਹਨਾਂ ਦੀ ਲੇਗਸੀ ਉਸ ਹਿਸਾਬ ਦੇ ਨਾਲ ਕਿਉਂ ਕੰਟੀਨਿਊ ਨਹੀਂ ਹੋ ਪਾ ਸਕਦੀ ਹੁੰਦੀ ਉਹਦੇ ਪਿੱਛੇ ਕੀ ਰੀਜ਼ਨ ਤੁਹਾਨੂੰ ਲੱਗਦਾ ਹੈ ਕਿ ਰਹਿ ਜਾਂਦਾ ਹੈ ਅ ਉਹਦੇ ਪਿੱਛੇ ਇਦਾਂ ਹੁੰਦਾ ਹੈ ਕਿ ਦੇਖੋ ਜ਼ਿਆਦਾਤਰ ਕੀ ਹੁੰਦਾ ਹੈ ਕਿ ਬੱਚਿਆਂ ਦਾ ਮਾਈਂਡ ਸੈਟਅਪ ਕਿਦਾਂ ਹੁੰਦਾ ਜਿੱਦਾਂ ਫੋਰ ਐਗਜ਼ਾਮਪਲ ਮੇਰਾ ਮਾਈਂਡ ਸੈਟਅਪ ਹੁੰਦਾ ਸੀਗਾ ਜਦੋਂ ਮੈਂ ਸਕੂਲ ਦੇ ਵਿੱਚ ਸੀਗਾ ਜਦੋਂ ਮੈਂ ਪੜ੍ਹਦਾ ਹੁੰਦਾ ਸੀਗਾ ਤੋਂ ਮੈਂ ਐਨੂਅਲ ਫੰਕਸ਼ਨ ਵਗੈਰਾ ਦੇ ਵਿੱਚ ਗਾ ਲੈਂਦਾ ਸੀਗਾ ਬਟ ਉਦੋਂ ਇਹ ਸੀਗਾ ਕਿ ਹਾਂ ਯਾਰ ਠੀਕ ਹੈ ਡੈਡੀ ਗਾਉਂਦੇ ਆ ਜਾਂ ਚਲੋ ਆਪਾਂ ਵੀ ਗਾ ਗੋ ਲੈਨੇ ਆ ਮਤਲਬ ਸੀਰੀਅਸ ਨਹੀਂ ਸੀ ਇਸ ਚੀਜ਼ ਨੂੰ ਲੈ ਕੇ ਅ ਉਨਾ ਸਮਿਆਂ ਦੇ ਵਿੱਚ ਜਦੋਂ ਡੈਡੀ ਨੇ ਬਹੁਤ ਕੰਮ ਕੀਤਾ ਬਹੁਤ ਬਹੁਤ ਕੰਮ ਕੀਤਾ ਔਰ ਅਸੀਂ ਬੜੇ ਬੇਫਿਕਰੇ ਜਿਹਾ ਸੁਭਾਅ ਤੇ ਸੀਗੇ ਜਦੋਂ ਮੈਨੂੰ ਡੈਡੀ ਨੇ ਟਰੈਵਲ ਕਰਾਇਆ ਪਹਿਲੀ ਵਾਰੀ ਅਮਰੀਕਾ ਲਈ ਉਸ ਟੂਰ ਦੇ ਵਿੱਚ ਮੈਨੂੰ ਮੇਰੇ ਨਾਲ ਕੁਝ ਇਨਸੀਡੈਂਟਸ ਇਦਾਂ ਦੇ ਹੋਏ ਜਿੱਥੋਂ ਮੈਨੂੰ ਥੋੜੀ ਥੋੜੀ ਸਮਝ ਲੱਗਣ ਲੱਗੀ ਕਿ ਯਾਰ ਕਿ ਮੈਂ ਕਿੰਨਾ ਬlesd ਹਾਂ ਕਿ ਲੋਗ ਗਾਣੇ ਬਜਾਣੇ ਨੂੰ ਲੋਗ ਤਰਸਦੇ ਐ ਸਬਰਕੋਟੀ ਸਾਹਿਬ ਨੂੰ ਦੇਖਣ ਲਈ ਲੋਕ ਤਰਸਦੇ ਔਰ ਮੈਂ ਉਸ ਘਰ ਦੇ ਵਿੱਚ ਪੈਦਾ ਹੋਇਆ ਹਾਂ ਸੋ ਉਹ ਕਰਦੇ 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 ਹੌਲੀ ਹੌਲੀ ਫਿਰ ਸਕੂਲ ਵੀ ਸੀਗਾ ਪੜਦਾ ਵੀ ਸੀਗਾ ਤੇ ਉਸ ਚੀਜ਼ ਵੱਲ ਜ਼ਿਆਦਾ ਫੋਕਸ ਨਹੀਂ ਕਰ ਹੋਇਆ ਹਮਮ ਔਰ ਜਦੋਂ ਜਦੋਂ ਫੋਕਸ ਕਰਨਾ ਸ਼ੁਰੂ ਕੀਤਾ ਮੈਂ ਉਦੋਂ ਤੱਕ ਬਹੁਤ ਸਮਾਂ ਹੱਥੋਂ ਨਿਕਲ ਚੁੱਕਾ ਸੀਗਾ ਕੀ ਏਜ ਸੌਰੀ ਤੁਹਾਡੇ ਵਿੱਚ ਗੱਲ ਕੱਟ ਰਹੀ ਆ ਏਜ ਕੀ ਸੀ ਜਦੋਂ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਫਰਸਟ ਟੂਰ ਕਰਵਾਇਆ ਅਮੇਰੀਕਾ ਦਾ ਮੇਰੇ ਖਿਆਲ ਦੇ ਨਾਲ ਮੈਂ ਉਸ ਟਾਈਮ चौदह या पंद्रह साल का होगा अच्छा और मैं चंगी तरह याद है मैं मेरे मैं एयरपोर्ट ते उस टाइम और मेरी फ्लाइट सी दी ਮੈਂ ਇਕੱਲਾ ਸੀਗਾ ਕਿ ਮੈਂ ਫਲਾਈਟ 'ਚ ਬੈਠਾ ਸੀਗਾ ਅਮਰੀਕਾ ਜਾਣ ਲਈ ਔਰ ਮੇਰੇ ਸਾਰੇ ਦੋਸਤਾਂ ਦੇ ਪੇਪਰ ਸੀਗੇ ਐਗਜ਼ਾਮ ਸੀਗੇ ਸੋ ਉਹ ਐਗਜ਼ਾਮ ਦੇਣ ਬੈਠੇ ਸੀ ਯਾਰ ਮੈਂ ਫਲਾਈਟ 'ਚ ਬੈਠਾ ਸੀਗਾ ਤੂੰ ਪੇਪਰ ਮਿਸ ਹੋਏ ਆ ਹਾਂਜੀ ਪੇਪਰ ਮਿਸ ਹੋਏ ਸੀਗੇ ਐਕਚੁਅਲੀ ਜਿਹੜੇ ਮੇਰੇ ਪ੍ਰਿੰਸੀਪਲ ਸੀਗੇ ਸ਼ੁਰੂ ਤੋਂ ਮੈਨੂੰ ਸਪੋਰਟਰਸ ਬਹੁਤ ਅੱਛੇ ਮਿਲੇ ਨੇ ਮੇਰੇ ਸਕੂਲ ਦੇ ਵਿੱਚ ਟੀਚਰਸ ਈਵਨ ਮੇਰੇ ਪ੍ਰਿੰਸੀਪਲ ਜਿਹੋ ਸੀਗੇ ਉਹਨਾਂ ਦਾ ਨੇਚਰ ਬਹੁਤ ਅੱਛਾ ਸੀਗਾ ਉਹਨਾਂ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ ਸਿੰਗਿੰਗ ਦੇ ਵਿੱਚ ਕਿ ਬੇਟਾ ਤੂੰ ਗਾ ਸਕਦੇ ਹੋ ਤੂੰ ਗਾਓ ਅੱਗੇ ਆਓ ਔਰ ਮੈਂ ਸਕੂਲ ਵੱਲੋਂ ਸਾਰੀ ਜਿੰਨੀ ਬ੍ਰਾਂਚੇਸ ਹੁੰਦੀ ਸੀਗੀ ਸਾਰਿਆਂ ਦੇ ਵਿੱਚ ਪਰਫਾਰਮ ਕਰਦਾ ਸੀ ਔਰ ਮੇਰੀ ਇੱਕ ਕੁਇਕ ਸ਼ਰਤ ਹੁੰਦੀ ਸੀ ਪ੍ਰਿੰਸੀਪਲ ਨੂੰ ਸਾਫ਼ ਕਿਹਾਉਂਦਾ ਸੀ ਕਿ ਮੈਂ ਮੈਂ ਸਭ ਤੋਂ ਲਾਸਟ ਦੇ ਵਿੱਚ ਜਾਊਗਾ ਹਮ ਔਰ ਮੇਰੀ ਇੱਕ ਇੱਕ ਰਿਕਵੈਸਟ ਹੈ ਕਿ ਕਿਸੇ ਨੂੰ ਨਹੀਂ ਪਤਾ ਹੋਣਾ ਚਾਹੀਦਾ ਮੇਰਾ ਬੈਕਗ੍ਰਾਉਂਡ ਕੀ ਹੈ ਓਕੇ ਅਗਰ ਮੈਨੂੰ ਕੋਈ ਐਪਰੀਸ਼ੀਏਟ ਕਰਦਾ ਹੈ ਜਾਂ ਮੈਨੂੰ ਕੋਈ ਪ੍ਰਾਈਜ਼ ਮਿਲਦਾ ਹੈ ਤਾਂ ਉਹ ਮੇਰੀ ਕਪੇਬਿਲਿਟੀ ਕਰਕੇ ਮਿਲੇ ਇਹ ਨਾ ਹੋਵੇ ਕਿ ਮੈਂ ਹਾਂ ਜਿਸ ਘਰ ਚੋਂ ਆ ਉਹਦਾ ਉਸ ਨਾਮ ਕਰਕੇ ਮੈਨੂੰ ਮਿਲੇ ਮੇਰੀ ਸ਼ੁਰੂ ਤੋਂ ਇਹ ਪ੍ਰੋਬਲਮ ਰਹੀ ਹੈ ਔਰ ਮੈਂ ਸ਼ੁਰੂ ਤੋਂ ਇਦਾਂ ਹੀ ਚੱਲੇ ਆ ਹਮ ਜੀ ਫਾਇਦਾ ਤਨ ਲੱਗਿਆ ਕਿ ਰਹਾ ਹੈ ਜਾਂ ਇਹਦਾ ਨੁਕਸਾਨ ਵੀ ਹੋਇਆ ਹੈ ਅ ਨੁਕਸਾਨ ਤਾਂ ਨਹੀਂ ਕਹਿ ਸਕਦੇ ਫਾਇਦਾ ਹੀ ਹੋਇਆ ਹੈ ਬਸ ਇਹ ਹੁੰਦਾ ਕਿ ਇੱਕ ਇੱਕ ਹਿਊਮਨ ਨੇਚਰ ਆ ਕਿ ਬੰਦਾ ਜਦੋਂ ਸਾਰਾ ਕੁਝ ਉਹਦੇ ਕੋਲ ਹੁੰਦਾ ਨਾ ਉਹ ਬੜਾ ਬੇਫਿਕਰਾ ਜਿਹਾ ਹੁੰਦਾ ਹੈ ਲਾਈਕ ਜਿੱਦਾਂ ਹੁਣ ਮੇਰੇ ਫਾਦਰ ਮੇਰੇ ਕੋਲ ਸੀਗੇ ਮੈਂ ਬੜਾ ਬੇਫਿਕਰਾ ਸੀਗਾ ਅੱਜ ਜਦੋਂ ਬਿਮਾਰ ਹੋਣਾ ਸ਼ੁਰੂ ਹੋਏ ਫੇ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਸਮਝ ਲੱਗਾ ਕਿ ਹੌਲੀ ਹੌਲੀ ਕਿ ਯਾਰ ਉਸ ਟਾਈਮ ਆ ਚੀਜ਼ ਕਰ ਲੈਣੀ ਚਾਹੀਦੀ ਸੀ ਉਸ ਟਾਈਮ ਆ ਚੀਜ਼ ਕਰ ਲੈਣੀ ਜੋ ਰਿਗ੍ਰੀਟਡ ਆ ਜਾਂਦਾ ਹਮੇਸ਼ਾ ਇਹ ਸਾਰਿਆਂ ਨਾਲ ਹੀ ਹੁੰਦਾ ਹੈ ਮੈਨੂੰ ਯਾਦ ਆਪਾਂ ਮੇਰਾ ਲਾਸਟ ਈਅਰ ਅਸੀਂ ਮਿਲੇ ਸੀ ਲਾਸਟ ਟੂ ਲਾਸਟ ਈਅਰ ਤੁਹਾਡੇ ਘਰ ਅਸੀਂ ਇੰਟਰਵਿਊ ਕੀਤੀ ਸੀ ਔਰ ਤੁਸੀਂ ਬਹੁਤ ਇਮੋਸ਼ਨਲ ਸੀਗੇ ਉਸ ਟਾਈਮ ਦੇ ਵਿੱਚ ਆਬਵੀਅਸਲੀ ਹੈ ਨਾ ਇੱਕ ਇੱਕ ਬੱਚੇ ਨੂੰ ਜੋ ਇੱਕ ਕਨੈਕਸ਼ਨ ਹੁੰਦਾ ਫਾਦਰ ਦੇ ਨਾਲ ਹੋਰ ਜੋ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਦੋਂ ਮਾਪਿਓ ਦਾ ਹੱਥ ਸਿਰ ਤੇ ਹੁੰਦਾ ਅਸੀਂ ਬਹੁਤ ਬੇਫਿਕਰੇ ਹੁੰਦੇ ਆ ਬਿਲਕੁਲ ਉਸ ਵੇਲੇ ਸਾਨੂੰ ਨਹੀਂ ਸਮਝ ਹੁੰਦੀ ਕਿ ਅਸੀਂ ਦੁਨੀਆ ਦੇ ਵਿੱਚ ਕੀ ਕਰਨਾ ਸਾਨੂੰ ਪਤਾ ਹੈ ਕਿ ਸਾਨੂੰ ਰਾਹ ਦਿਖਾਉਣ ਵਾਲਾ ਹੈਗਾ ਹੈ ਹਨਾ ਉਹਨਾਂ ਨੇ ਉਂਗਲ ਫੜ ਕੇ ਸਾਨੂੰ ਦਿਖਾਣਾ ਬਟ ਉਸ ਤੋਂ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ ਜੋ ਟਾਈਮ ਜੋ ਰਿਸਪੌਂਸਿਬਿਲਟੀ ਸਾਡੇ ਤੇ ਆਉਂਦੀ ਹੈ ਉਸ ਵੇਲੇ ਕਈ ਵਾਰ ਚੀਜ਼ਾਂ ਹੈਂਡਲ ਨਹੀਂ ਹੁੰਦੀਆਂ ਤੁਸੀਂ ਹਰ ਚੀਜ਼ ਕਿਵੇਂ ਹੈਂਡਲ ਕਰ ਪਾ ਰਹੇ ਹੋ ਰਿਸਪੌਂਸਿਬਿਲਟੀ ਤੁਸੀਂ ਵੱਡੇ ਬੇਟੇ ਹੋ ਕਰਦੇ ਹੋ ਨਾ ਰਿਸਪੌਂਸਿਬਿਲਟੀ ਕਿਵੇਂ ਲੈ ਪਾ ਰਹੇ ਹੋ ਔਰ ਖੁਦ ਤੇ ਕਿੰਨਾ ਕੁ ਰਹਿੰਦਾ ਹੈ ਹਮੇਸ਼ਾ ਪ੍ਰੈਸ਼ਰ ਯਾ ਕਿ ਇੱਕ ਹਿਸਾਬ ਦੇ ਇੱਕ ਤਰਫ ਆਪਣੇ ਫਾਦਰ ਦੀ ਲੇਗੇਸੀ ਵੀ ਰੱਖਣੀ ਹੈ ਇੱਕ ਤਰਫ ਫੈਮਿਲੀ ਨੂੰ ਵੀ ਦੇਖਣਾ ਹੈ ਪ੍ਰੈਸ਼ਰ 24 ਆਵਰ ਰਹਿੰਦਾ ਹੈ ਬਿਕੋਜ਼ ਸਭ ਤੋਂ ਵੱਡਾ ਪ੍ਰੈਸ਼ਰ ਜਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਭਾਰ ਹੈਗਾ ਮੋਢਿਆਂ ਤੇ ਉਹ ਹੈਗਾ ਉਹਨਾਂ ਦੇ ਨਾਮ ਦਾ ਕਿਉਂਕਿ ਉਸ ਨਾਮ ਨੂੰ ਬਰਕਰਾਰ ਰੱਖਣਾ ਜਿਹੜਾ ਸਾਡੇ ਲਈ ਸਾਰਿਆਂ ਲਈ ਜਿੰਨੇ ਸਾਡੇ ਮੈਂਬਰ ਨੇ ਫੈਮਿਲੀ ਦੇ ਮੈਂਬਰ ਨੇ ਜਿੰਨੇ ਸਾਰੇ ਡੈਡੀ ਦੇ ਸਟੂਡੈਂਟਸ ਨੇ ਸਾਡਾ ਸਾਰਿਆਂ ਦਾ ਹੀ ਇਹੀ ਹੁੰਦਾ ਹੈ ਮੈਨ ਕਿ ਸਾਡੇ ਕੋਲ ਕੋਈ ਇਦਾਂ ਦੀ ਮਿਸਟੇਕ ਨਾ ਹੋ ਜਾਏ ਕਿ ਲੋਕ ਉੱਠ ਕੇ ਇਹ ਕਹਿਣ ਕਿ ਯਾਰ ਉਹ ਉਹਨਾਂ ਡੈਡੀ ਦਾ ਨਾਮ ਲੈ ਕੇ ਵੀ ਯਾਰ ਉਹਨਾਂ ਦਾ ਬੇਟਾ ਸੀ ਕਿ ਉਹਨਾਂ ਦਾ ਸਟੂਡੈਂਟ ਸੀ ਜਾਂ ਉਹਨਾਂ ਦਾ ਜੋ ਵੀ ਹੈ ਨਾ ਸੋ ਸਭ ਤੋਂ ਵੱਡਾ ਪ੍ਰੈਸ਼ਰ ਉਹ ਰਹਿੰਦਾ ਹੈ ਡੈਡੀ ਦੇ ਜਾਣ ਤੋਂ ਬਾਅਦ ਬਹੁਤ ਚੀਜ਼ਾਂ ਫੇਸ ਵੀ ਕੀਤੀਆਂ ਅਬਸੈਂਟ ਡਾਊਨਸ ਦੇਖ ਕੇ ਖੱਲੇ ਤੱਕ ਦੇਖ ਰਹੇ ਹਾਂ ਬਟ ਇਹ ਹੈ ਕਿ ਮੈਨੂੰ ਕਿਸੇ ਤੋਂ ਕੋਈ ਗਿਲਾ ਨਹੀਂ ਹੈ ਬਿਕੋਜ਼ ਜ਼ਿੰਦਗੀ ਜਿਹੜੀ ਹੁੰਦੀ ਹੈ ਨਾ ਮੈਂ ਅਕਸਰ ਕਹਿੰਦਾ ਹੁਣਾ ਕਿ ਜਿਹੜੀ ਪੜ੍ਹਾਈ ਤੁਹਾਨੂੰ ਸਕੂਲ ਕਾਲਜ ਕਰਾਉਂਦਾ ਨਾ ਉਹ ਜ਼ਿੰਦਗੀ ਦੀ ਪੜ੍ਹਾਈ ਦੇ ਅੱਗੇ ਫੇਲ ਹੈ ਫੇਲ ਹੈ ਬਿਲਕੁਲ ਕਿਉਂਕਿ ਜੋ ਜ਼ਿੰਦਗੀ ਤੁਹਾਨੂੰ ਪੜਾਉਂਦੀ ਹੈ ਉਹ ਕਿਸੇ ਵੀ ਸਕੂਲ ਕਿਸੇ ਵੀ ਕਾਲਜ ਕਿਸੇ ਵੀ ਯੂਨੀਵਰਸਿਟੀ ਚ ਨਹੀਂ ਤੁਹਾਨੂੰ ਸਿੱਖਣ ਨੂੰ ਮਿਲੇਗਾ ਸੋ ਅੱਜ ਵੀ ਜ਼ਿੰਦਗੀ ਪੜਾ ਰਹੀ ਹੈ 2018 ਦੇ ਵਿੱਚ ਡੈਡੀ ਗਏ ਸੀਗੇ ਔਰ 2018 ਤੋਂ ਹੁਣ 2023 ਆ ਗਿਆ ਸੋ ਹੁਣ ਵੀ ਡੇਲੀ ਨਵੇਂ ਨਵੇਂ ਲਾਈਫ ਦੇ ਚੈਪਟਰਸ ਖੋਲਦੇ ਨੇ ਨਵੇਂ ਨਵੇਂ ਲੈਸਨ ਲੈਂਦੇ ਆ ਰੋਜ਼ ਸੋ ਚੱਲ ਰਿਹਾ ਹੈ ਕੀ ਕਿੱਸਾ ਕਰਦੇ ਦੇ ਬਾਰੇ ਕਿੰਨਾ ਕੁ ਖੁਦ ਨੂੰ ਸੰਭਾਲ ਚੁੱਕੇ ਹੋ ਸੰਭਾਲਣਾ ਹੁਣ ਨੂੰ ਇਹ ਕਹਿ ਲਓ ਕਿ ਉਹ ਜਿਹੜੀ ਉਹ ਜਿਹੜੀ ਜਗ੍ਹਾ ਜ਼ਿੰਦਗੀ ਚ ਖਾਲੀ ਹੋ ਗਈ ਹੈ ਉਹ ਤਾਂ ਕਦੀ ਭਰ ਨਹੀਂ ਹੋਣੀ ਬਿਲਕੁਲ ਬਟ ਇਹ ਹੈ ਕਿ ਜਦੋਂ ਕਿਸੇ ਟਾਈਮ ਕੋਈ ਫੈਨ ਇਦਾਂ ਦਾ ਮਿਲਦਾ ਉਹਨਾਂ ਦਾ ਜਾਂ ਕਿਸੇ ਦੇ ਨਾਲ ਫੋਨ ਤੇ ਗੱਲ ਹੁੰਦੀ ਹੈ ਔਰ ਸਭ ਤੋਂ ਜ਼ਿਆਦਾ ਇਸ ਚੀਜ਼ ਦਾ ਮੈਨੂੰ ਇਹ ਹੁੰਦਾ ਹੈ ਕਿ ਮੈਂ ਉਹਨਾਂ ਦਾ ਬੇਟਾ ਆ ਹਮ ਰਾਈਟ ਅਸੀਂ ਉਹਨਾਂ ਦੇ ਨਾਲ ਸੋ ਵੀ ਕੰਟੇ ਰੰਦੇ ਸੀਗੇ ਬਟ ਜਿਹੜੀ ਲੋਕ ਉਹਨਾਂ ਦੇ ਨਾਲ ਸਮਾਂ ਨਹੀਂ ਬਿਤਾ ਪਾਏ ਮੈਨੂੰ ਉਹਨਾਂ ਦਾ ਕਰਕੇ ਇਹ ਹੁੰਦਾ ਹੈ ਕਿ ਯਾਰ ਮੈਂ ਕਿੰਨਾ ਕਿਸਮਤ ਵਾਲਾ ਕਿ ਮੈਂ ਸਮਾਂ ਬਿਤਾਇਆ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਜਦੋਂ ਗੱਲ ਹੁੰਦੀ ਹੈ ਗੱਲ ਕਰਦੇ ਕਰਦੇ ਥੋੜਾ ਜਿਹਾ ਇਮੋਸ਼ਨਲ ਵੀ ਹੋ ਜਾਈਦਾ ਉਹ ਵੀ ਹੋ ਜਾਂਦੇ ਆ ਮੈਂ ਵੀ ਹੋ ਜਾਂਦਾ ਆ ਪਰ ਇਹ ਹੈ ਕਿ ਆਪਣੇ ਆਪ ਨੂੰ ਸੰਭਾਲਣਾ ਪੈਂਦਾ ਕਿਉਂਕਿ ਫੈਮਿਲੀ ਵਿੱਚ ਦੇਖਣੀ ਹੈ ਕਰੀਅਰ ਦੇਖਣਾ ਹੈ ਉਹਨਾਂ ਦਾ ਨਾਮ ਸੰਭਾਲ ਕੇ ਰੱਖਣਾ ਹੈ ਇਸ ਕਰਕੇ ਆਪਣੇ ਆਪ ਨੂੰ ਥੋੜਾ ਜਿਹਾ ਬੋਲਡ ਕਰ ਲੈਣਾ ਪੈਂਦਾ ਹੂੰ ਹੁਣ ਦੇਖਦੇ ਹੋਵੋਗੇ ਕਿ ਇਹ ਆ ਪੈਂਡਾ ਦਾ ਬੜਾ ਔਖਾ ਹੈ ਨਾ ਜਦੋਂ ਜਦੋਂ ਬੇਫਿਕਰੀ ਦੀ ਗੱਲ ਹੈ ਜਦੋਂ ਅਸੀਂ ਹੈ ਨਾ ਪਤਾ ਹੈ ਕਿ ਸਿਰ ਤੇ ਹੱਥ ਹੈ ਜਾਂ ਇੱਕ ਸਾਥ ਹੈ ਗਏ ਸਮਝਣ ਵਾਲੇ ਉਸ ਵੇਲੇ ਇਨਸਾਨ ਇਹਨਾਂ ਮਤਲਬ ਉਸ ਵੇਲੇ ਨਹੀਂ ਨਾ ਧਿਆਨ ਰੱਖਦਾ ਕਿ ਰਸਤੇ ਵਿੱਚ ਕੀ ਹੋ ਰਿਹਾ ਹੈ ਬਸ ਜਦੋਂ ਇਨਸਾਨ ਕੱਲਾ ਆਪਣੀ ਜਰਨੀ ਜਦੋਂ ਕਰ ਰਿਹਾ ਹੁੰਦਾ ਹੈ ਇਕੱਵਰ ਹੈ ਨਾ ਉਸ ਵੇਲੇ ਬਹੁਤ ਕੁਝ ਨੋਟਿਸ ਕਰਦਾ ਹੈ ਹੁਣ ਇਸ ਪੈਂਡੇ ਜੋ ਤੁਸੀਂ ਇਸ ਵੇਲੇ ਰਾਹ ਦੇਖ ਰਹੇ ਹੋ ਜੀ ਕਿੰਨੀਆਂ ਚੀਜ਼ਾਂ ਤੁਸੀਂ ਨੋਟਿਸ ਕਰਦੇ ਹੋ ਅਬਜ਼ਰਵੈਂਟ ਕਿੰਨੇ ਹੋ ਚੁੱਕੇ ਹੋ ਲੋਕਾਂ ਦੇ ਬਿਹੇਵੀਅਰ ਨੂੰ ਲੈ ਕੇ ਕੀ ਚੀਜ਼ਾਂ ਨੋਟਿਸ ਕਰਦੇ ਹੋ ਅੱਜਕੱਲ ਅ ਜਦੋਂ ਡੈਡੀ ਗਏ ਆ ਸਾਨੂੰ ਛੱਡ ਕੇ ਉਦੋਂ ਅਸੀਂ ਥੋੜਾ ਜਿਹਾ ਹੋਰ ਨੇਚਰ ਦੇ ਸੀਗੇ ਬਚਪਨਾ ਕਾਫੀ ਸੀਗਾ ਉਹ ਇਨੀ ਸਮਝ ਨਹੀਂ ਸੀਗੀ ਬਟ ਹੁਣ ਹੌਲੀ ਹੌਲੀ ਇਨੀ ਇਨੀ ਸਮਝ ਲੱਗ ਗਈ ਹੈ ਕਿ ਅਗਰ ਕੋਈ ਤੁਹਾਡੇ ਸਾਹਮਣੇ ਬੈਠਾ ਕੋਈ ਬੰਦਾ ਗੱਲ ਕਰ ਰਿਹਾ ਤੁਹਾਡੇ ਨਾਲ ਉਹ ਕਿਸ ਤਰੀਕੇ ਨਾਲ ਕਰ ਰਿਹਾ ਔਰ ਕਿੱਥੋਂ ਬੋਲ ਰਿਹਾ ਹੁਣ ਉਹ ਸਮਝ ਆਉਣੀ ਸ਼ੁਰੂ ਹੋਈ ਹੈ ਥੋੜੀ ਥੋੜੀ ਬਿਕੋਜ਼ 5 ਸਾਲ ਹੋ ਗਏ ਉਹਨਾਂ ਨੂੰ ਗਏ ਨੂੰ ਕਦੀ ਵੀ ਉਹਨਾਂ ਨੇ ਸਾਡੇ ਤੇ ਕੋਈ ਟੈਨਸ਼ਨ ਕੋਈ ਪਰੇਸ਼ਾਨੀ ਸਾਨੂੰ ਲੈਣ ਨਹੀਂ ਦਿੱਤੀ ਕਿਉਂਕਿ ਉਹਨਾਂ ਨੂੰ ਹੁੰਦਾ ਸੀ ਨਹੀਂ ਯਾਰ ਮੈਂ ਕੋਈ ਨਹੀਂ ਮੈਂ ਬੱਚਿਆਂ ਨੂੰ ਟੈਨਸ਼ਨ ਨਹੀਂ ਦੇਣੀ ਜਾਂ ਘਰ ਦੇ ਵਿੱਚ ਕੋਈ ਟੈਨਸ਼ਨ ਨਹੀਂ ਦੇਣੀ ਬਟ ਇਹ ਹੁੰਦਾ ਕਿ ਲੋਕ ਜਿਹੜੇ ਉਸ ਟਾਈਮ ਸੀਗੇ ਅੱਜ ਉਹ ਮਿਲਦੇ ਆ ਜਦੋਂ ਉਸ ਤਰੀਕੇ ਨਾਲ ਨਹੀਂ ਮਿਲਦੇ ਜਾਂ ਅੱਜ ਵੀ ਸਮ ਟਾਈਮਸ ਇਹ ਹੁੰਦਾ ਕਿ ਉਹ ਲੋਕ ਜਦੋਂ ਨਾਲ ਡੈਡੀ ਦੇ ਹੁੰਦੇ ਸੀਗੇ ਉਦੋਂ ਉਹਨਾਂ ਦਾ ਮਿਲਣਾ ਕੁਝ ਹੋਰ ਹੁੰਦਾ ਸੀਗਾ ਲੇਕਿਨ ਜਦੋਂ ਅੱਜ ਉਹ ਮਿਲਦੇ ਐ ਫਸਟ ਆਫ ਆਲ ਉਹ ਮਿਲਦੇ ਹੀ ਨਹੀਂ ਐ ਪਹਿਲੀ ਗੱਲ ਤਾਂ ਉਹ ਦੇਖ ਕੇ ਜਾਂ ਫੋਨ ਇਗਨੋਰ ਕਰ ਦਿੰਦੇ ਐ ਮੇਰੇ ਨਾਲ ਇੱਕ ਤਾਂ ਇੱਕ ਇਨਸੀਡੈਂਟ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਇੱਕ ਵਾਰ ਸਿਟੀ ਦੇ ਵਿੱਚ ਸੀਗੇ ਅਸੀਂ ਜਲੰਧਰ ਸਿਟੀ ਦੇ ਵਿੱਚ ਔਰ ਮੈਂ ਉਹਨਾਂ ਨੂੰ ਕਾਲ ਕੀਤੀ ਤੇ ਉਹ ਜਿਹੜੇ ਪਰਸਨ ਸੀਗੇ ਉਹ ਮੇਰੇ ਨਾਲ ਦੀ ਗੱਡੀ ਦੇ ਵਿੱਚ ਸੀਗੇ ਓਕੇ ਤੁਸੀਂ ਦੇਖ ਕੇ ਕਾਲ ਕੀਤੀ ਟ੍ਰੈਫਿਕ ਲਾਈਟ ਤੇ ਖੜੇ ਸੀਗੇ ਅਸੀਂ ਮੈਂ ਉਹਨਾਂ ਨੂੰ ਕਾਲ ਕੀਤੀ ਇਸ ਕਰਕੇ ਮੈਂ ਕੁਛ ਉਦਾਂ ਨਹੀਂ ਕੀਤੀ ਵੈਸੇ ਕੀਤੀ ਵੀ ਮੈਂ ਗੱਡੀ ਰੋਕੋ ਆਪਾਂ ਹਨਾ ਮੜੀ ਜੀ ਗੱਲਾਂ ਕਰ ਲਈਏ ਕੁਛ ਇਦਾਂ ਕਿ ਐਕਸਾਈਟਮੈਂਟ ਹੁੰਦੀ ਹੈ ਔਰ ਉਹਨਾਂ ਨੇ ਮੇਰਾ ਨੰਬਰ ਦੇਖਿਆ ਔਰ ਮੇਰਾ ਫੋਨ ਉਹਨਾਂ ਨੇ ਡਿਸਕਨੈਕਟ ਕਰਕੇ ਫੋਨ ਥੱਲੇ ਰੱਖਤਾ ਮੈਂ ਸਮਝ ਗਿਆ ਮੈਂ ਕਿ ਚਲੋ ਟ੍ਰੈਫਿਕ ਲਾਈਟ ਤੇ ਨੋ ਪ੍ਰੋਬਲਮ ਥੋੜੀ ਦੇਰ ਬਾਅਦ ਨੀਅਰ ਅਬਾਊਟ ਮੇਰੇ ਖਿਆਲ 2 2 ਕਿ 2.5 ਘੰਟੇ ਬਾਅਦ ਉਹਨਾਂ ਦਾ ਮੈਨੂੰ ਕਾਲ ਆਉਂਦਾ ਮੈਂ ਕਹਾਂ ਜੀ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਤੇ ਮੈਂ ਆਪਣੀ ਗੱਲ ਪੂਰੀ ਨਹੀਂ ਕੀਤੀ ਉਹ ਮੈਨੂੰ ਕਹਿੰਦੇ ਉਹ ਨਹੀਂ ਮੈਂ ਥੋੜਾ ਜਨਾ ਕਿਤੇ ਮੀਟਿੰਗ ਦੇ ਵਿੱਚ ਸੀਗਾ ਤੇ ਮੈਂ ਬਿਜ਼ੀ ਸੀਗਾ ਫੈਮਿਲੀ ਦੇ ਨਾਲ ਸੀਗਾ ਔਰ ਗੱਡੀ ਦੇ ਵਿੱਚ ਉਹ ਇਕੱਲੇ ਸੀਗੇ ਇਕੱਲੇ ਸੀਗੇ ਕੋਈ ਫੈਮਿਲੀ ਨਹੀਂ ਸੀਗਾ ਮੈਨੂੰ ਕਹਿੰਦਾ ਮੈਂ ਫੈਮਿਲੀ ਦੇ ਨਾਲ ਸੀਗਾ ਯਾਰ ਕਿਤੇ ਆਏ ਹੋਏ ਸੀਗਾ ਇਹ ਕਹਿੰਦਾ ਮੈਂ ਕਹਾਂ ਚਲੋ ਠੀਕ ਹੈ ਜੀ ਮੈਂ ਹਾਲਚਲ ਪੁੱਛਾਂ ਉਹ ਬਸ ਫੋਨ ਕੱਟਦਾ ਬਸ ਮਤਲਬ ਕਿ ਐਸਾ ਦੇ ਕਿ ਬਹੁਤ سارے ਲੋਕਾਂ ਨੇ ਮੂਵੀ ਮੋੜਿਆ ਹਾਂ ਇਗਨੋਰੈਂਸ ਬਹੁਤ ਫੇਸ ਫੇਸ ਕੀਤੀ ਹੈ ਮੈਂ ਕ੍ਰਿਟੀਸਿਜ਼ਮ ਬਹੁਤ ਫੇਸ ਕੀਤਾ ਹੈ ਬਟ ਉਹ ਜ਼ਰੂਰੀ ਵੀ ਹੈ criticism ਕਿਸ ਤਰ੍ਹਾਂ ਦਾ ਕ੍ਰਿਟਿਸਿਜ਼ਮ ਕ੍ਰਿਟਿਸਿਜ਼ਮ ਇਨ ਦਾ ਸੈਂਸ ਕਿ ਮੈਨੂੰ ਮੈਨੂੰ ਬੜੇ ਟੈਗ ਦਿੱਤੇ ਗਏ ਲਾਈਕ ਜਿੱਦਾਂ ਮਤਲਬ ਬਹੁਤ ਇਹਨੂੰ ਗੱਲ ਕਰਨ ਦਾ ਨਹੀਂ ਪਤਾ ਇਹਨੂੰ ਰਿਸਪੈਕਟ ਦੇਣ ਦਾ ਨਹੀਂ ਪਤਾ ਹੋਰ ਬੜੀਆਂ ਗੱਲਾਂ ਨੇ ਬਟ ਇਹ ਆ ਕਿ ਮੈਂ ਮੈਨੂੰ ਇੱਕੋ ਚੀਜ਼ ਡੈਡੀ ਨੇ ਸਿਖਾਈ ਸੀਗੀ ਜੋ ਮੈਂ ਬਚਪਨ ਤੋਂ ਆਪਣੇ ਫਿਰ ਪਾਪਾ ਜੀ ਮੇਰੇ ਦਾਦਾ ਜੀ ਮੈਂ ਸ਼ੁਰੂ ਤੋਂ ਬਜ਼ੁਰਗਾਂ ਚ ਹੀ ਰਿਹਾ ਆ ਤਾਂ ਮੈਨੂੰ ਕਈ ਮੇਰੇ ਫਰੈਂਡ ਇਦਾਂ ਕਹਿੰਦੇ ਹੁੰਦੇ ਯਾਰ ਤੂੰ ਹੈਗੀ ਤੇਰੀ ਉਮਰ ਕੁਛ ਨਹੀਂ ਐ ਤੇਰੀ ਗੱਲਾਂ ਬੁੜੇ ਵਾਲੀਆਂ ਸੋ ਉਹਨਾਂ ਨੇ ਮੈਨੂੰ ਇੱਕ ਗੱਲ ਸਿਖਾਈ ਸੀ ਕਿ ਦੁਨੀਆ ਨੇ ਤੁਹਾਨੂੰ ਬਹੁਤ ਕੁਝ ਕਹਿਣਾ ਹੈ ਬਟ ਤੁਹਾਡਾ ਜਿਹੜਾ ਮਿਸ਼ਨ ਹੈ ਤੁਹਾਡਾ ਜਿਹੜਾ ਟਾਰਗੇਟ ਹੈ ਤੁਹਾਡਾ ਫੋਕਸ ਸਿਰਫ ਉਹਦੇ ਤੇ ਹੋਣਾ ਚਾਹੀਦਾ ਔਰ ਡੈਡੀ ਮੈਨੂੰ ਹਮੇਸ਼ਾ ਇਹ ਕਹਿੰਦੇ ਹੁੰਦੇ ਸੀ ਕਿ ਬੇਟਾ ਮੈਂ 20 ਸਾਲ 19 20 ਸਾਲ ਗਾਣਾ ਸਿੱਖਿਆ 20 ਸਾਲ ਸਿੱਖਣ ਤੋਂ ਬਾਅਦ ਮੈਂ ਮਾਰਕੀਟ 'ਚ ਪੈਰ ਰੱਖਿਆ ਔਰ ਕਹਿੰਦੇ ਉਸ 20 ਸਾਲ ਦੇ ਵਿੱਚ ਮੈਂ ਬਹੁਤ ਕੁਝ ਸੁਣਿਆ ਬਹੁਤ ਕੁਝ ਸਹਿ ਕੇ ਦੇਖਿਆ ਪਰ ਐਂਡ ਆਫ ਦਾ ਟਾਈਮ ਉਹ ਜਿਹੜੀ ਮੇਰੀ ਤਪੱਸਿਆ ਸੀ ਜਦੋਂ ਮੇਰੀ ਤਪੱਸਿਆ ਪੂਰੀ ਹੋ ਗਈ ਫਿਰ ਰੱਬ ਨੇ ਮੈਨੂੰ ਫਲ ਦਿੱਤਾ ਸੀ ਕਹਿੰਦੇ ਬੇਟਾ ਇਦਾਂ ਹੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਬਹੁਤ ਕੁਝ ਫੇਸ ਕਰਨਾ ਪੈਣਾ ਜਦੋਂ ਤੁਸੀਂ ਮਾਰਕੀਟ ਦੇ ਵਿੱਚ ਉਤਰਨਾ ਹੈ ਜਾਂ ਔਨ ਸਟੇਜ ਹੋਣਾ ਹੈ ਸਾਰਾ ਕੁਝ ਭੁੱਲ ਜਾਣਾ ਹੈ ਕਿ ਮੇਰਾ ਬੈਕਗ੍ਰਾਉਂਡ ਕੀ ਆ ਮੈਂ ਕਿੱਥੋਂ ਆਇਆ ਸਾਰਾ ਕੁਝ ਛੱਡ ਕੇ ਸਿਰਫ ਸਿਰਫ ਕੰਮ ਤੇ ਫੋਕਸ ਕਰਨਾ ਤੁਹਾਡਾ ਫੋਕਸ ਸਿਰਫ ਇਹ ਹੋਣਾ ਚਾਹੀਦਾ ਕਿ ਹਾਂ ਮੈਂ ਮੈਂ ਪਬਲਿਕ ਦਾ ਆ ਪਬਲਿਕ ਮੇਰੀ ਹੈ ਦੈਟਸ ਇਟ ਤੁਸੀਂ ਆਪਣੇ ਵੱਲੋਂ ਸਮਰਪਿਤ ਕਰ ਚੁੱਕੇ ਹੋ ਇਸ ਪਬਲਿਕ ਨੂੰ ਹੈਨਾ ਜੀ ਜੀ ਪਬਲਿਕ ਵੱਲੋਂ ਵੀ ਤੁਸੀਂ ਤੁਹਾਨੂੰ ਐਕਸੈਪਟ ਕੀਤਾ ਗਿਆ ਹੈ। ਬਟ ਫਿਰ ਵੀ ਕਿੰਨਾ ਕਿਤੇ ਕਦੀ ਇਦਾਂ ਫੀਲ ਹੁੰਦਾ ਹੈ ਫਾਦਰ ਸਾਹਿਬ ਤਾਂ ਚਲੋ ਨਹੀਂ ਹੈ ਤੁਹਾਡੇ ਨਾਲ ਹੈ ਨਾ ਬਟ ਉਹਨਾਂ ਦੀ ਬਲੇਸਿੰਗਸ ਹੈ। ਮੈ ਇੱਕ ਚੀਜ਼ ਮੈਨੂੰ ਬੜੀ ਵਧੀਆ ਲੱਗੀ ਤੁਸੀਂ ਆਪਣੇ ਆਪਣੇ ਫੋਨ ਦੇ ਮੈਂ ਚਾਹਾਂਗੀ ਤੁਸੀਂ ਆਪਣੇ ਪਲੀਜ਼ ਵਾਲਪੇਪਰ ਦਿਖਾਓ ਇੱਕ ਵਾਰ ਮੈਂ ਇੱਕ ਮੈਂ ਥੋੜਾ ਜਿਹਾ ਕਾਲ ਜਿੱਤੇ ਆਈਆਂ ਹੋਈਆਂ ਨੇ। ਇਹ ਹੈ ਜੀ। ਸੋ ਬਹੁਤ ਕਨੈਕਟਿਡ ਫੀਲ ਕਰਦੇ ਹੋਵੋਗੇ। ਮੈਂ ਬਹੁਤ ਜੀ ਬਹੁਤ ਐਕਚੁਅਲ ਦੇ ਵਿੱਚ ਜਦੋਂ ਡੈਡੀ ਸਾਡੇ ਹਸਪੀਟਲਾਈਜ਼ ਸੀਗੇ ਮੈਂ ਢਾਈ ਤੋਂ ਤਿੰਨ ਮਹੀਨੇ ਉਹਨਾਂ ਦੇ ਨਾਲ ਹੀ ਰਿਹਾ ਐ ਔਰ ਢਾਈ ਤੋਂ ਤਿੰਨ ਮਹੀਨੇ ਦੇ ਵਿੱਚ ਉਹਨਾਂ ਨੇ ਆਪਣੀ 40-50 ਸਾਲ ਦੀ ਜਿਹੜੀ ਜ਼ਿੰਦਗੀ ਸੀ ਉਹ ਖੋਲ ਕੇ ਕਿਤਾਬ ਦੀ ਤਰ੍ਹਾਂ ਮੇਰੇ ਅੱਗੇ ਰੱਖ ਦਿੱਤੀ ਸੀਗੀ ਔਰ ਮੇਰਾ ਰੂਟੀਨ ਉੱਥੇ ਕੀ ਹੁੰਦਾ ਸੀਗਾ ਮੈਂ ਸਿਰਫ 24 ਘੰਟੇ 'ਚ ਸਿਰਫ 4 ਘੰਟੇ ਸੌਂਦਾ ਸੀਗਾ ਓਕੇ ਔਰ 20 ਘੰਟੇ ਮੈਂ ਸਿਰਫ ਪੜਦਾ ਹੁੰਦਾ ਸੀ ਡੈਡੀ ਨੇ ਮੈਨੂੰ ਪੜਾਈ ਜਾਣਾ ਮੈਂ ਪੜੀ ਜਾਣਾ ਕਦੀ ਮੈਂ ਕਦੀ ਮੈਂ ਉਹਨਾਂ ਦੇ ਪੈਰਾਂ ਦੀ ਮਾਲਿਸ਼ ਕਰੀ ਜਾਣੀ ਗੱਲਾਂ ਕਰੀ ਜਾਣੀ ਉਹਨਾਂ ਦੇ ਨਾਲ ਉਹਨਾਂ ਨੇ ਮੈਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਕਿ ਮੈਂ ਇੱਥੇ ਗਿਆ ਸੀ ਮੈਂ ਇੱਥੇ ਆ ਗਿਆ ਸੀ ਇੱਥੇ ਮੇਰੇ ਕੋ ਆ ਮਿਸਟੇਕ ਹੋਈ ਸੀ ਇਹ ਗਲਤੀ ਤੂੰ ਨਹੀਂ ਕਰਨੀ ਬੇਟਾ ਇੱਥੇ ਆ ਚੀਜ਼ ਹੋਣੀ ਹੈ ਔਰ ਉਹ ਹਸਪੀਟਲ ਦੇ ਬੈੱਡ ਤੇ ਹੁੰਦੇ ਸੀਗੇ ਇੱਕ ਸਾਈਡ ਉਹਨਾਂ ਨੂੰ ਡ੍ਰਿਪ ਲੱਗਾ ਹੁੰਦਾ ਸੀ ਗਲੂਕੋਜ਼ ਚੱਲ ਰਿਹਾ ਹੁੰਦਾ ਸੀਗਾ ਬਟ ਸਾਡਾ ਇੰਨਾ ਕਨੈਕਸ਼ਨ ਹੁੰਦਾ ਸੀਗਾ ਇੰਨਾ ਇੰਨਾ ਮਤਲਬ ਸਟਰੋਂਗ ਕਨੈਕਸ਼ਨ ਹੁੰਦਾ ਸੀਗਾ ਡਾਕਟਰਸ ਆਉਂਦੇ ਸੀ ਆਪਣਾ ਜੋ ਵੀ ਉਹ ਕਰਦੇ ਸੀਗੇ ਇੰਜੈਕਸ਼ਨ ਵਗੈਰਾ ਕਰਦੇ ਸੀਗੇ ਉਹ ਡੈਡੀ ਉਹਦਾ ਫੋਕਸ ਉਧਰ ਨਹੀਂ ਹੁੰਦਾ ਸੀ ਉਹਨਾਂ ਦੀ ਧਿਆਨ ਮੇਰੇ ਹਾਲ ਹੁੰਦਾ ਸੀ ਗੱਲਾਂ 'ਤੇ ਉਹਨਾਂ ਨੂੰ ਇਹ ਇਹਨਾਂ ਨੂੰ ਇਹ ਪਤਾ ਸੀਗਾ ਕਿ ਹਾਂ ਪਹਿਲਾਂ ਹੀ ਸੀਰੀਅਸਲੀ ਨਹੀਂ ਲੈਂਦਾ ਸੀ ਇਸ ਚੀਜ਼ ਨੂੰ ਬਟ ਹੁਣ ਇਹ ਸੀਰੀਅਸਲੀ ਲੈ ਰਿਹਾ ਆ ਸੋ ਉਸ ਚੀਜ਼ ਦਾ ਅੱਜ ਵੀ ਚਾਹੇ ਉਹ ਸਾਡੇ ਨਾਲ ਨਹੀਂ ਨੇ ਉਹਨਾਂ ਦੀਆਂ ਉਹ ਮੈਨੂੰ ਹੱਲੇ ਵੀ ਪੜਾਉਂਦੇ ਰਹਿੰਦੇ ਉਹਨਾਂ ਦੀ ਉਹਨਾਂ ਦੀ ਵੀਡੀਓਜ਼ ਉਹਨਾਂ ਦੀ ਰਿਕਾਰਡਿੰਗਸ ਈਵਨ ਕੇ ਜਿਹੜੇ ਉਹਨਾਂ ਦੇ ਇੰਟਰਵਿਊਜ਼ ਨੇ ਉਹ ਇੰਟਰਵਿਊਜ਼ ਵੀ ਮੈਨੂੰ ਉਹਨਾਂ ਨੇ ਰਿਕਾਰਡ ਕਰਕੇ ਦਿੱਤੇ ਹੋਏ ਸੀਗੇ ਕਿ ਬੇਟਾ ਇਹ ਇੰਟਰਵਿਊਜ਼ ਵੀ ਤੂੰ ਸੁਣਨੇ ਆ ਕਿਉਂਕਿ ਤੈਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੇ ਕਿੰਨਾ ਬੋਲਣਾ ਹੈ ਔਰ ਕਿੰਨਾ ਬੋਲਣਾ ਸੋ ਅੱਜ ਵੀ ਉਹਨਾਂ ਦੇ ਜਾਣ ਤੋਂ ਬਾਅਦ ਮੈਨੂੰ ਇਹ ਹੀ ਲੱਗਦਾ ਹੁੰਦਾ ਮੈਨੂੰ ਸਾਰੇ ਕਹਿੰਦੇ ਕਹਿੰਦੇ ਯਾਰ ਅੱਜ ਉਹ ਨਹੀਂ ਹੈ ਤੁਹਾਨੂੰ ਕਿੱਦਾਂ ਲੱਗਦਾ ਪਰ ਮੈਂ ਇਹ ਕਿੰਨਾ ਹੋਣਾ ਕਿ ਉਹ ਫਿਜ਼ੀਕਲੀ ਆਪਣੇ ਨਾਲ ਨਹੀਂ ਹੈ ਸਾਡੇ ਨਾਲ ਨਹੀਂ ਹੈ ਬਟ ਸਪਿਰਚੁਅਲੀ ਅੱਜ ਵੀ ਮੈਨੂੰ ਸ਼ਾਇਦ ਹੋ ਸਕਦਾ ਹੈ ਕਿ ਜਿਹੜੇ ਵਿਊਅਰਸ ਨੇ ਉਹਨਾਂ ਦੇ ਅੱਖਾਂ ਰਾਹੀਂ ਦੇਖ ਰਹੇ ਹੋਣ ਮੈਨੂੰ ਸੋ ਮੈਂ ਇਸ ਚੀਜ਼ ਨੂੰ ਖਰ ਕੇ ਆਪਣੇ ਆਪ ਨੂੰ ਥੋੜਾ ਬਣਾ ਲੈਣਾ ਸਟਰੋਂਗ ਕਨੈਕਸ਼ਨ ਜੋ ਹੈ ਔਰ ਜਿਹੜੀ ਗੱਲਾਂ ਜੋ ਸਿਰਫ ਇੱਕ ਪਿਓ ਆਪਣੇ ਪੋਤਨੂੰ ਸਮਝਾ ਸਕਦਾ ਤੁਹਾਨੂੰ ਉਹ ਸਮਝਾਈਆਂ ਉਹਨਾਂ ਨੇ ਕਿ ਕਿਹੜੀ ਜਗ੍ਹਾ ਕਿੰਨਾ ਕੁ ਬੋਲਣਾ ਹੈ ਹੈਨਾ ਇਹ ਕੋਈ ਨਹੀਂ ਤੁਹਾਨੂੰ ਗੱਲ ਸਮਝਾਉਂਦਾ ਚਾਹੇ ਤੁਹਾਡੇ ਲੱਖ ਦੋਸਤ ਹੋਣ ਇੱਥੇ ਜੀ ਬਿਲਕੁਲ ਔਰ ਅਕਸਰ ਇੱਕ ਚੀਜ਼ ਖਿਆ ਕਰਦੇ ਸੀ ਕਿ ਮੈਂ ਇੱਕ ਦਿਨ ਗੱਲ ਕੀਤੀ ਕੋਈ ਕੋਈ ਗੱਲ ਚਲੀ ਮੈਂ ਕਿਹਾ ਡੈਡੀ ਅਸੀਂ ਅਸੀਂ ਲੋਕ ਕਿਸੇ ਨੂੰ ਕੁਝ ਨਹੀਂ ਮਾੜਾ ਨਹੀਂ ਕਹਿੰਦੇ ਕਦੀ ਕਿਸ ਨੂੰ ਬੁਰਾ ਨਹੀਂ ਕਹਿੰਦੇ ਮੈਂ ਕਿਹਾ ਉਹ ਲੋਕ ਸਾਨੂੰ ਕਿੰਨਾ ਕੁਝ ਕਹਿ ਜਾਂਦੇ ਕਦੀ ਉਹ ਕਮੈਂਟਸ ਦੇ ਥਰੂ ਕਹਿ ਦਿੰਦੇ ਆ ਕਦੀੋਂ ਕਿਸੇ ਦੇ ਥਰੂ ਮੈਸੇਜ ਆ ਜਾਂਦਾ ਕਿ ਯਾਰ ਫਲਾਣੇ ਬੰਦੇ ਨੇ ਤੁਹਾਡੇ ਬਾਰੇ ਆ ਕਮੈਂਟ ਕੀਤਾ ਮੈਂ ਕਹ ਪਰ ਮੈਨੂੰ ਤੁਹਾਡੇ ਤੇ ਹੈਰਾਨ ਗਿਆਂਦੀ ਕਿ ਤੁਸੀਂ ਉਹਨੂੰ ਜਵਾਬ ਕਿਉਂ ਨਹੀਂ ਦਿੰਦੇ ਤੁਸੀਂ ਇਹਨੇ ਕੰਮ ਕੀ ਮਰਹਿੰਦੇ ਮੈਂ ਕਹ ਤੁਸੀਂ ਇੰਨਾ ਇੰਨਾ ਮਤਲਬ ਤੁਸੀਂ ਆਪਣੇ ਆਪ ਨੂੰ ਕਿਦਾਂ ਕਰਕੇ ਰੱਖਦੇ ਆ ਤੇ 10 15 ਮਿੰਟ ਕੁਝ ਬੋਲੇ ਨਹੀਂ ਮੈਨੂੰ ਕਾਲਸ ਆ ਗਈ ਮੈਂ ਫੋਨ ਫਾਨ ਤੇ ਗੱਲਾਂ ਗੁੱਲਾਂ ਕਰਦਾ ਰਿਹਾ ਥੋੜੀ ਦੇਰ ਬਾਅਦ ਮੈਨੂੰ ਕਹਿੰਦੇ ਤੂੰ ਕਹਿੰਦੇ ਮੈਨੂੰ ਇੱਕ ਸਵਾਲ ਪੁੱਛਿਆ ਸੀ ਮੈਂ ਕਹ ਹਾਂ ਜੀ ਕਹਿੰਦੇ ਮੈਂ ਉਸ ਟਾਈਮ ਤੇਰੇ ਸਵਾਲ ਦਾ ਜਵਾਬ ਦੇ ਸਕਦਾ ਸੀ ਪਰ ਤੂੰ ਉਸ ਟਾਈਮ ਹਾਈਪਰ ਬਹੁਤ ਸੀ ਹੂੰ ਹੌਣ ਤੇਰਾ ਦਿਮਾਗ ਠੰਡਾ ਹੈ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਕਿਉਂ ਨਹੀਂ ਬੋਲਦਾ ਮੈਂ ਕਿਹਾ ਜੀ ਚਾਨਣ ਪਾ ਦਿਓ ਮੜਾ ਜੇ ਕਹਿੰਦੇ ਕਦੀ ਕੋਈ ਦਰਖਤ ਦੇਖਿਆ ਪੇੜ ਦੇਖਿਆ ਜਿਹਨੂੰ ਫਲ ਲੱਗੇ ਹੁਣ ਮੈਂ ਕਿਹਾ ਹਾਂ ਜੀ ਕਹਿੰਦੇ ਲੋਕ ਉਹਦੇ ਪੱਥਰ ਮਾਰਦੇ ਆ ਹੂੰ ਮੈਂ ਕਿਹਾ ਬਿਲਕੁਲ ਕਿ ਤੋਟੇ ਹਾਂ ਕਹਿੰਦੇ ਉਹਦੇ ਉਹ ਪੱਥਰ ਮਾਰਦੇ ਆ ਉਹਨਾਂ ਨੂੰ ਫਲ ਦਿੰਦਾ ਪਰ ਮੈਂ ਕਦੇ ਕਦੀ ਇਹ ਦੇਖਿਆ ਕਿ ਦਰਖਤ ਨੇ ਕੋਈ ਕੁਝ ਮਾਰਿਆ ਹੋਵੇ ਉਹਨਾਂ ਦੇ ਮੈਂ ਕਹਾਂ ਜੀ ਨਹੀਂ ਬਸ ਕਹਿੰਦੇ ਮੈਂ ਦਰਖਤਾਂ ਮੈਂ ਤਾਂ ਫਲ ਦੇਣਾ ਹੈ ਉਹਨਾਂ ਨੂੰ ਆਪਣਾ ਕੰਮ ਕਰ ਲੈਣ ਦੇ ਮੈਂ ਆਪਣਾ ਕੰਮ ਕਰੂੰਗਾ ਬੜੀ ਖੂਬ ਬਹੁਤ ਖੂਬ ਗੱਲ ਵੀ ਬਹੁਤ ਕਿੰਨੀ ਕਰੀਏ ਗੱਲਾਂ ਸੀ ਹਾਂ ਬਿਲਕੁਲ ਔਰ ਮੈਂ ਜਿੱਦਾਂ ਤੁਹਾਨੂੰ ਪਹਿਲੀ ਕਿਹਾ ਕਿ ਲੈਜੈਂਡ ਨੇ ਹੈ ਨਾ ਉਹ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਨੇ ਜੀ ਜੀ ਹਰ ਇੱਕ ਇਨਸਾਨ ਦੇ ਦਿਲ ਦੇ ਵਿੱਚ ਨੇ ਉਹ ਰਹਿਣਗੇ ਹਮੇਸ਼ਾ ਰਹਿਦੀ ਦੁਨੀਆ ਤੱਕ ਰਹਿਣਗੇ ਬਿਲਕੁਲ ਜੀ ਉਹਨਾਂ ਦਾ ਜ਼ਿਕਰ ਹੋਇਆ ਉਹਨਾਂ ਦਾ ਗਾਣਾ ਨਾ ਸੁਨਾ ਮੈਂ ਐਵੇਂ ਹੋ ਨਹੀਂ ਸਕਦਾ ਉਹਨਾਂ ਦਾ ਗਾਣਾ ਸੀ ਅੰਬਰਾ ਤਾਰ ਅੰਬਰਾ ਤੇ ਕੋਈ ਮੈਨੂੰ ਬਹੁਤ ਪਸੰਦ ਆ ਮੈਨੂੰ ਲੱਗਦਾ ਮੇਰੇ ਵਰਗੇ ਬਹੁਤ سارے ਹੋਰ ਜਿਹੜੇ ਦਰਸ਼ਕ ਹੋਣਗੇ ਜਿਨਾਂ ਨੂੰ ਇਹ ਜਨਾ ਬਹੁਤ ਪਸੰਦ ਆ ਮੈਂ ਤੁਹਾਨੂੰ ਸੁਣਾਉਂਗਾ ਜੀ ਤਾਰੇ ਅੰਬਰਾਂ ਤੇ ਕੋਈ ਕੋਈ ਏ ਤਾਰੇ ਅੰਬਰਾਂ ਤੇ ਕੋਈ ਕੋਈ ਏ ਤਾਰੇ ਅੰਬਰਾਂ ਤੇ ਕੋਈ ਕੋਈ ਏ ਸਾਡੇ ਫਿਰ ਹੰਝੂ ਪੁੰਜਦਾ ਸਾਡੇ ਫਿਰ ਹੰਝੂ ਪੁੰਜਦਾ ਅੱਖ ਤੇਰੀ ਵੀ ਤਾਂ ਰੋਈ ਹੋਈ ਏ 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 ਹੋਏ ਵੇ ਅੱਖ ਤੇਰੀ ਵੀ ਤਾਂ ਰੋਈ ਹੋਈ ਏ ਅੱਖ ਤੇਰੀ ਵੀ ਤਾਂ ਰੋਈ ਹੋਈ ਏ ਤੁਹਾਡੀ ਗਾਇਕੀ ਦੇ ਵਿੱਚ ਆਬਵੀਅਸਲੀ ਉਹਨਾਂ ਦੀ ਚਲਕ ਜਿਹੜੀ ਇਹ ਦਿਖਦੀ ਹੈ ਹੈਨਾ ਸਾਰਾ ਕੁਝ ਉਹਨਾਂ ਦਾ ਹੀ ਹੈ ਜੀ ਉਹਨਾਂ ਦਾ ਹੀ ਹੈਨਾ ਬlesing ਉਹਨਾਂ ਦੀ ਹੈ ਕਿਉਂਕਿ ਬਲੱਡ ਹੀ ਉਹਨਾਂ ਦਾ ਹੈ ਤੁਹਾਡੇ ਅੰਦਰ ਹੈਨਾ ਸੋ ਇਹ ਚੀਜ਼ ਮੈਨੂੰ ਲੱਗਦਾ ਹੈ ਕਿ ਹਰ ਦਿਨ ਤੁਸੀਂ ਇਸ ਗੱਲ ਦਾ ਸ਼ੁਕਰਾਨਾ ਕਰਦੇ ਹੋਵੋਗੇ ਜਾਂ ਬਹੁਤ ਬlesed ਫੀਲ ਕਰਦੇ ਹੋਵੋਗੇ ਕਿ ਮੈਂ ਇਦਾਂ ਦੀ ਰੂਹ ਦਾ ਹੈ ਨਾ ਉਹਨਾਂ ਦੀ ਫੈਮਲੀ ਦਾ ਪਾਰਟ ਆ ਬਿਲਕੁਲ ਬਿਲਕੁਲ ਜੀ ਮੈਨੂੰ ਬੜੇ ਅਲੱਗ-ਅਲੱਗ ਇੰਡੀਆ ਦੇ ਅਲੱਗ-ਅਲੱਗ ਕੋਨੇ ਤੋਂ ਕਾਲਸ ਆਉਂਦੀਆਂ इवन ਕਿ ਨਾਨ ਪੰਜਾਬੀ ਤੱਕ ਲੋਕ ਕਾਲ ਕਰਦੇ ਆ ਓਕੇ ਔਰ ਜਦੋਂ ਉਹਨਾਂ ਦੇ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਆ ਕਿ ਪਾਜੀ ਆਪ ਬਹੁਤ ਕਿਸਮਤ ਵਾਲੇ ਆ ਬਹੁਤ ਬਹੁਤ ਹੀ ਕਿਸਮਤ ਵਾਲੇ ਆ ਕਿ ਆਪਨੇ ਉਹਨਕੇ ਘਰ ਮੇ ਜਨਮ ਲਿਆ ਹੈ ਵਾ ਕਿਉਂਕਿ ਬਹੁਤ ਸਾਰੇ ਐਸੇ ਵੀ ਜਦੋਂ ਅਸੀਂ ਲਾਈਵ ਸ਼ੋਅਸ ਪਰਫਾਰਮ ਕਰਦੇ ਆ ਕਿਤੇ ਵੀ ਮੈਂ ਖੁਦ ਡਰ ਜਾਂਦਾ ਕਿਸੇ ਟਾਈਮ ਕਿ ਮੇਰੇ ਤੋਂ ਉਮਰ ਦੇ ਵਿੱਚ ਜਿਹੜੇ ਵੱਡੇ ਲੋਕ ਹੁੰਦੇ ਆ ਨਾ ਉਹ ਵੀ ਆ ਕੇ ਜਦੋਂ ਮੈਨੂੰ ਮੱਥਾ ਟੇਕਦੇ ਆ ਮੈਨੂੰ ਮੇਰੀ ਰੂਹ ਕੰਬ ਜਾਂਦੀ ਹੈ ਔਰ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਹੱਥ ਪੈਰਾਂ ਤੇਰੇ ਮੇਰੇ ਸਿਰ ਤੇ ਰੱਖਿਆ ਕਰੋ ਬਿਕੋਜ਼ ਮੈਨੂੰ ਮਿਹਨਤ ਮੈਂ ਕਰ ਰਿਹਾ ਆ ਮੈਨੂੰ ਇਸ ਟਾਈਮ ਦਵਾਮਾਂ ਦੀ ਲੋੜ ਹੈ ਔਰ ਮੈਨੂੰ ਸਪੋਰਟ ਦੀ ਲੋੜ ਹੈ ਕਿਉਂਕਿ ਇੰਡਸਟਰੀ ਬਹੁਤ ਵੱਡੀ ਹੈ ਇੰਡਸਟਰੀ ਜਿਹੜੀ ਆ ਉਹਦੇ ਵਿੱਚ ਮੈਂ ਤਾਂ ਹਲੇ ਪੈਰ ਵੀ ਨਹੀਂ ਪ੍ਰੋਪਰ ਵੇ ਨਾਲ ਰੱਖਿਆ ਹੈਗਾ ਔਰ ਇਹ ਸਭ ਉਹਨਾਂ ਦੀਆਂ ਦੁਆਵਾਂ ਨੇ ਉਹਨਾਂ ਦੀਆਂ ਬlesings ਨੇ ਸਾਬਰਕੁਟੀ ਸਾਹਿਬ ਨੂੰ ਜਿਹੜੇ ਲੋਕ ਪਿਆਰ ਕਰਦੇ ਨੇ ਇਹ ਉਹਨਾਂ ਦਾ ਅਸ਼ੀਰਵਾਦ ਕਹਿ ਸਕਦੇ ਆ ਜਾਂ ਸਪੋਰਟ ਕਹਿ ਸਕਦੇ ਆ ਬਿਕੋਜ਼ ਡੈਡੀ ਤੋਂ ਬਾਅਦ ਮੈਂ ਥੋੜਾ ਜਿਆਦਾ ਜ਼ਿਆਦਾ ਡਿਸਟਰਬ ਸੀਗਾ ਬਟ ਉਹਨਾਂ ਦੇ ਸਪੋਰਟ ਦੇ ਨਾਲ ਨਾ ਹਮ ਡੂਇੰਗ ਹਨਾ 뮤ਜ਼ਿਕ ਐਸ ਵੈਲ ਇਨ ਇਨੇ ਇਨੇ ਜ਼ੋਰ ਦੇ ਨਾਲ ਇਹਨੇ ਪ੍ਰੈਸ਼ਰ ਦੇ ਨਾਲ ਕੰਮ ਕਰ ਰਹੇ ਆ ਕਿ ਮੈਂ ਹੁਣ 네ਗੈਟਿਵਿਟੀ ਅਵੋਇਡ ਕਰਦਾ ਹਾਂ ਜਸਟ অর ਜਸਟ ਕਮ ਬੋ ਫੋਕਸ ਬਹੁਤ ਸਾਰੇ ਗਾਣੇ ਉਹਨਾਂ ਦੇ ਲੋਕੀ ਸੁਣ ਲੱਗਦਾ ਓਬਵੀਅਸਲੀ ਡਿਮਾਂਡ ਕਰਦੇ ਹੋਣਗੇ ਬਟ ਸਭ ਤੋਂ ਜ਼ਿਆਦਾ ਡਿਮਾਂਡ ਕਿਸ ਗਾਣੇ ਦੀ ਆਂਦੀ ਸੀ ਸਾਬਰ ਕੁਟੀ ਸਾਹਿਬ ਦੇ ਸਭ ਤੋਂ ਜ਼ਿਆਦਾ ਹੰਝੂ ਹਾਂ ਹੰਜੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਤਾਰਾਂ ਅੰਬਰਾਂ ਤੇ ਕੋਈ ਕੋਈ ਇਹ ਗਾਣੇ ਬਹੁਤ ਸਾਰੇ ਨੇ ਉਹਨਾਂ ਦੀ ਤਾਂ ਲਿਸਟ ਉਹ ਤਾਂ ਗੁਲਦਸਤਾ ਹੈ ਪੂਰਾ ਉਹਨਾਂ ਦਾ ਲਿਸਟ ਬਹੁਤ ਲੰਬੀ ਹੈ ਮਤਲਬ ਕਿ ਅਸੀਂ ਸ਼ੋਅ ਕਰਨ ਜਾਂਦੇ ਹਾਂ ਜੇ ਮੰਨ ਲਓ 2.5 ਘੰਟੇ ਦਾ ਟਾਈਮ ਹੁੰਦਾ ਤਾਂ ਸਮ ਟਾਈਮ 3 ਘੰਟੇ ਵੀ ਗਾਣਾ ਪੈਂਦਾ ਕਿ ਲੋਕ ਕਹਿੰਦੇ ਕਿ ਭਾਜੀ ਆ ਵੀ ਸੁਣਾ ਦਿਓ ਪਲੀਜ਼ ਆ ਵੀ ਸੁਣਾ ਦਿਓ ਔਰ ਸਾਨੂੰ ਸ਼ੁਰੂ ਤੋਂ ਇਹੀ ਤਾਲੀਮ ਦਿੱਤੀ ਗਈ ਹੈ ਕਿ ਬੇਟਾ ਨਾ ਨਹੀਂ ਕਰਨੀ ਹਾਂ ਦਿਲ ਨਹੀਂ ਤੋੜਨਾ ਕਿਸੇ ਦਾ ਕਿਸੇ ਦਾ ਦਿਲ ਨਹੀਂ ਤੋੜਨਾ ਕਿਉਂਕਿ ਆਡੀਅנס ਬਣਾਉਣ ਵਾਲੀ ਹੈ ਆਡੀਅੰਸ ਨੇ ਜੇ ਤੁਹਾਨੂੰ ਸਟਾਰ ਬਣਾਉਣਾ ਨਾ ਉਹਨਾਂ ਨੇ ਉਹਨਾਂ ਨੂੰ ਤੁਹਾਡੀ ਨੇਗੇਟਿਵ ਚੀਜ਼ਾਂ ਨਹੀਂ ਦਿਸਣੀਆਂ ਉਹਨਾਂ ਨੂੰ ਸਿਰਫ ਤੁਸੀਂ ਹੀ ਦਿਸਣੇ ਆ ਔਰ ਪਿਆਰ ਮੈਟਰ ਕਰਦਾ ਬਸ ਪਬਲਿਕ ਦੇ ਨਾਲ ਕਨੈਕਸ਼ਨ ਜਿਹੜਾ ਨਾ ਉਹ ਨਹੀਂ ਤੁਹਾਡਾ ਬ੍ਰੇਕ ਹੋਣਾ ਚਾਹੀਦਾ ਹੰਜੂ ਗੀਤ ਆਪਾਂ ਸੁਣ ਸਕਦੇ ਆ ਜ਼ਰੂਰ ਛੇ ਜ਼ਰੂਰ ਹੰਜੂਆਂ ਦੇ ਵਿੱਚ ਗੰਮ ਨੂੰ ਪਾ ਕੇ ਪੀਣਾ ਸਿੱਖ ਲਿਆ ਹੰਜੂਆਂ ਦੇ ਵਿੱਚ ਗੰਮ ਨੂੰ ਪਾ ਕੇ ਪੀਣਾ ਸਿੱਖ ਲਿਆ ਜਾ ਬਿਕਦਰੇ ਤੇਰੇ ਬਾਜੋਂ ਜਾ ਬਿਕਦਰੇ ਤੇਰੇ ਬਾਜੋਂ ਜੀਣਾ ਸਿੱਖ ਲਿਆ ਹੰਝੂਆਂ ਦੇ ਵਿੱਚ ਗਮੂ ਪਾ ਕੇ ਪੀਣਾ ਸਿੱਖ ਲਿਆ ਹਾਏ ਪੀਣਾ ਸਿੱਖ ਲਿਆ ਕਦੇ ਇਦਾਂ ਹੁੰਦਾ ਹੈ ਕਿ ਤੁਸੀਂ ਕਿਤੇ ਜਾ ਰਹੇ ਹੋ ਤੁਹਾਨੂੰ ਤੁਹਾਡੇ ਫਾਦਰ ਸਾਹਿਬ ਦੀ ਯਾਦ ਆਂਦੀ ਹੈ ਗੱਲਾਂ ਕੁ ਚੇਤੇ ਆਉਂਦੀਆਂ ਤੇ ਅੱਖਾਂ ਭਰ ਆਉਂਦੀਆਂ ਆ ਬਹੁਤ ਵਾਰੀ ਇਦਾਂ ਹੁੰਦਾ ਜੀ ਜਦੋਂ ਅਸੀਂ ਘਰੋਂ ਨਿਕਲਦੇ ਹਾਂ ਕਿਤੇ ਵੀ ਜਾਣ ਦੇ ਲਈ ਕੋਈ ਨਾ ਕੋਈ ਟੌਪਿਕ ਇਦਾਂ ਦਾ ਛੇੜ ਜਾਂਦਾ ਜੋ ਡੈਡੀ ਨੇ ਮੇਰੇ ਨਾਲ ਪਹਿਲਾਂ ਸ਼ੇਅਰ ਕੀਤਾ ਹੋਇਆ ਸੀ ਪਰ ਉਸ ਟਾਈਮ ਜਦੋਂ ਮੈਂ ਪਹਿਲਾ ਜ਼ਿਕਰ ਕੀਤਾ ਕਿ ਬੜਾ ਬੀ ਫਿਕਰਾ ਜਿਹਾ ਸੁਭਾਅ ਹੁੰਦਾ ਬੰਦੇ ਦਾ ਉਹ ਚੀਜ਼ਾਂ ਜਦੋਂ ਯਾਦ ਆਉਂਦੀਆਂ ਕਿ ਯਾਰ ਹਾਂ ਯਾਰ ਇਹ ਗੱਲ ਡੈਡੀ ਨੇ ਕੀਤੀ ਸੀਗੀ ਉਹ ਅੱਛਾ ਇਹਦਾ ਮਤਲਬ ਆ ਆ ਸੀ ਯਾਰ ਉਦੋਂ ਸਮਝੇ ਨਹੀਂ ਕਾਸ਼ ਉਦੋਂ ਸਮਝ ਲੈਂਦੇ ਉਹ ਚੀਜ਼ ਕਰਕੇ ਇਮੋਸ਼ਨਲੀ ਹੋ ਜਾਈਦਾ ਉਹ ਬਟ ਇਹ ਹੈ ਕਿ ਉਹ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਵੀ ਉਹ ਸਾਡੀ ਜ਼ਿੰਮੇਵਾਰੀ ਹੈ ਹੈਨਾ ਆਪਣੇ ਆਪ ਨੂੰ ਸੰਭਾਲ ਵੀ ਲਈਦਾ इमोशनल ਵੀ ਹੋ ਜਾਈਦਾ ਕਿਸੇ ਟਾਈਮ ਬਹੁਤ ਜ਼ਿਆਦਾ इमोशनल ਹੋ ਜਾਈਦਾ ਪਰ ਇਹ ਹੈ ਕਿ ਜਿਹੜੇ ਉਹਨਾਂ ਦੇ ਫੈਨਸ ਨੇ ਔਰ ਜਿਹੜੇ ਉਹਨਾਂ ਦਾ ਕਰਕੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਵੱਲੋਂ ਮੈਨੂੰ ਇਹ ਸਖਤ ਰਿਕੁਐਸਟ ਆਂਦੀ ਹੈ ਮੈਂ ਇੰਟਰਵਿਊ ਜਦੋਂ ਆਪਾਂ ਵੀ ਇੰਟਰਵਿਊ ਕੀਤਾ ਸੀਗਾ ਮੈਂ ਬਹੁਤ ਉਦੋਂ ਹੋ ਗਿਆ ਸੀਗਾ ਤੋਂ ਮੈਨੂੰ ਪਰਸਨਲੀ ਕਾਲਸ ਬਹੁਤ ਆਏ ਕਿੰਨੇ ਭਾਜੀ ਕਿ ਅਸੀਂ ਤੁਹਾਡੇ ਨਾਲ ਤੁਸੀਂ ਬਸ ਹੌਸਲਾ ਰੱਖਣਾ ਹੈ ਬਸ ਤੁਸੀਂ ਕਰਨਾ ਹੈ ਸੀ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਸੋ ਉਹਨਾਂ ਦਾ ਕਰਕੇ ਹੀ ਆਪਣੇ ਆਪ ਨੂੰ ਬਹੁਤ ਸਟਰੋਂਗ ਬਣਾ ਕੇ ਚੱਲਣਾ ਪੈਂਦਾ ਔਰ ਅਜੇ ਤਾਂ ਜ਼ਿੰਦਗੀ ਬਹੁਤ ਪਈ ਹੈ ਅਜੇ ਤਾਂ ਬਹੁਤ ਲੰਬੀ ਲੜਾਈ ਲੜਨੀ ਹੈ ਅਜੇ ਹੋ ਜਾਏ ਹੀ ਆਪਾਂ ਹਿੰਮਤ ਹਾਰ ਕੇ ਬਹਿ ਜਾਾਂਗੇ ਤੇ ਫਿਰ ਕਿੱਦਾਂ ਚੱਲੇਗਾ ਹਾਂ ਮੈਨੂੰ ਲੱਗਦਾ ਹੈ ਇਮੋਸ਼ਨਲੀ ਵੀਕ ਹੋਣਾ ਇਸ ਲਾਈਨ ਦੇ ਵਿੱਚ ਖਾਸ ਕਰਕੇ ਇਸ ਲਾਈਨ ਦੇ ਵਿੱਚ ਤੁਸੀਂ ਰਿ ਇੱਥੇ ਬਹੁਤ ਕੰਪੀਟੀਸ਼ਨ ਹੈ ਹੈਨਾ ਕੰਪੀਟੀਸ਼ਨ ਵੈਸੇ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਚਾਹੇ ਕੋਈ ਵੀ ਕੰਮ ਕਰੇ ਬਟ ਇੱਥੇ ਇਮੋਸ਼ਨਲੀ ਵੀਕ ਹੋਣ ਵਾਲੇ ਬੰਦੇ ਨੂੰ ਹੈਨਾ ਉਹੀ ਨਹੀਂ ਪੁੱਛਦਾ ਜੀ ਦੇਖੋ ਜ਼ਿੰਦਗੀ ਜ਼ਿੰਦਗੀ ਲੜਾਈ ਦਾ ਦੂਸਰਾ ਨਾਮ ਹੈ ਜੇ ਤੁਸੀਂ ਲੜਦੇ ਰਹੋਗੇ ਤੁਹਾਡੀ ਜ਼ਿੰਦਗੀ ਠੀਕ ਹੈ ਜਿਸ ਦਿਨ ਤੁਸੀਂ ਹਿੰਮਤ ਹਾਰ ਗਏ ਉਸ ਦਿਨ ਬਸ ਖਤਮ ਆਡੀਅנס ਦਾ ਸਪੋਰਟ ਤੁਹਾਡੇ ਕੋਲ ਹੈਗਾ ਹੈ ਕਿ ਇੰਡਸਟਰੀ ਦੇ ਵਿੱਚ ਵੀ ਲੋਕ ਸਪੋਰਟ ਕਰਦੇ ਹਜੇ ਵੀ ਹਾਂ ਇੰਡਸਟਰੀ ਦੇ ਵਿੱਚ ਸਪੋਰਟ ਕਰ ਰਹੇ ਆ ਬਹੁਤ ਸਾਰੇ ਇਦਾਂ ਦੇ ਮੇਰੇ ਵੱਡੇ ਨੇ ਜਿਹੜੇ ਉਹ ਸਪੋਰਟ ਕਰ ਰਹੇ ਨੇ ਅچھے ਤਰੀਕੇ ਦੇ ਨਾਲ ਐਕਚੁਅਲ ਦੇ ਵਿੱਚ ਡਿਪੈਂਡ ਕਰਦਾ ਹੈ ਕਿ ਥੋੜਾ ਜਿਹਾ ਥੋੜਾ ਜਿਹਾ ਕੰਟੈਂਟ ਦਾ ਵੀ ਸਿਸਟਮ ਹੁੰਦਾ ਹੈ ਕਿ ਹਾਂ ਕਿ ਮੈਟਰ ਅੱਛਾ ਹੋਣਾ ਚਾਹੀਦਾ ਹੈ ਹਨਾ ਔਰ ਨੋ ਡਾਊਟ ਸਾਰੇ ਹੈਂਡਲ ਅ ਅੱਛੇ ਤਰੀਕੇ ਦੇ ਨਾਲ ਮੈਨੂੰ ਪਿਆਰ ਦਿੰਦੇ ਨੇ ਹੁਣ ਔਰ ਮੈਂ ਹੁਣ ਹੋਰ ਕੋਸ਼ਿਸ਼ ਕਰ ਰਿਹਾ ਕਿ ਕੁਝ ਅੱਛਾ ਅੱਛਾ ਹੋਰ ਮਾਰਕੀਟ ਦੇ ਵਿੱਚ ਹੋਰ ਲੈ ਕੇ ਆਈਏ ਜੋ ਸਾਰਿਆਂ ਨੂੰ ਪਸੰਦ ਆਏ ਔਰ ਬਸ ਚੱਲ ਰਿਹਾ ਮੇਰੇ ਜ਼ਹਿਨ ਦੇ ਵਿੱਚ ਇੱਕ ਸਵਾਲ ਆਇਆ ਕਿ ਐਲੈਕਸ ਜਦੋਂ ਤੁਸੀਂ ਆਪਣੇ ਫਾਦਰ ਸਾਹਿਬ ਦੇ ਨਾਲ ਜਦੋਂ ਫਾਦਰ ਸਾਹਿਬ ਸੀਗੇ ਓਬਵੀਅਸਲੀ ਤੁਹਾਨੂੰ ਬਹੁਤ ਸਾਰੇ ਲੋਕ ਬੁਲਾਉਂਦੇ ਹੋਣਗੇ ਹਾਂ ਜਦੋਂ ਤੁਸੀਂ ਜ਼ਿਕਰ ਵੀ ਕੀਤਾ ਸੀ ਕਿਸੇ ਨਾ ਬਹੁਤ ਸਾਰੇ ਥਾਵਾਂ ਤੇ ਤੁਸੀਂ ਜਾਣਦੇ ਵੀ ਹੋਵੋਗੇ ਕੀ ਹਜੇ ਵੀ ਉਹਨਾਂ ਲੋਕਾਂ ਦੇ ਨਾਲ ਉਹਨਾਂ ਥਾਵਾਂ ਦੇ ਨਾਲ ਹਜੇ ਵੀ ਉਹੋ ਜਿਹਾ ਮੇਲ ਜੋਲ ਹੈਗਾ ਹੈ ਜਾਣਦੇ ਉਹ ਲੋਕੀ ਬੁਲਾਉਂਦੇ ਨੇ ਜੀ ਅ ਕਈ ਕਈਆਂ ਨੇ ਕਨੈਕਸ਼ਨ ਹਲੇ ਵੀ ਰੱਖਿਆ ਹੋਇਆ ਹੈ ਕਈਆਂ ਨੇ ਕਨੈਕਸ਼ਨ ਤੋੜ ਦਿੱਤਾ ਹੋਇਆ ਹੈ ਬਟ ਇਹ ਹੈ ਕਿ ਉਹਨਾਂ ਤੋਂ ਬਾਅਦ ਬਹੁਤ ਸਾਰੇ ਅ ਇੱਕ ਲੋਕੇ 11 ਚ ਲੋਕੇ ਆਪਣੇ ਵੀ ਮਿਲੇ ਔਰ ਆਪਣੇ ਆ ਚ ਲੋਕੇ ਗੈਰ ਵੀ ਦੇਖੇ ਸੋ ਬੁਲਾंदे ਵੀ ਆ ਮਿਲਦੇ ਵੀ ਆ ਕਈਆਂ ਨੂੰ ਅ ਬਟ ਇਹ ਆ ਕਿ ਥੋੜਾ ਜਿਹਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹ ਜਦੋਂ ਆਪ ਹੁੰਦੇ ਸੀਗੇ ਨਾਲ ਉਹ ਉਸ ਚੀਜ਼ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ ਕਿਉਂਕਿ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਮੇਰੇ ਬਾਰੇ ਅਫਵਾਹਾਂ ਬਹੁਤ ਸਾਰੀਆਂ ਨੇ ਮੈਨੂੰ ਨਹੀਂ ਪਤਾ ਕਿਉਂ ਨੇ ਅਫਵਾਹਾਂ ਬਹੁਤ ਸਾਰੀਆਂ ਨੇ ਬਟ ਜਦੋਂ ਕੋਈ ਇਨਸਾਨ ਮੈਨੂੰ ਪਰਸਨਲੀ ਆ ਕੇ ਮਿਲਦਾ ਔਰ ਉਹਨੂੰ ਜਦੋਂ ਪਤਾ ਲੱਗਦਾ ਕਿ ਯਾਰ ਤੁਹਾਡੇ ਬਾਰੇ ਆ ਗੱਲਾਂ ਹੋ ਰਹੀਆਂ ਸੀ ਪਰ ਤੁਸੀਂ ਤਾਂ ਐਦਾਂ ਆ ਪਰ ਉਹ ਉਹ ਲੋਕ ਸ਼ੌਕ ਹੋ ਕੇ ਜਾਂਦੇ ਆ ਮੇਰੇ ਕੋਲ ਔਰ ਫਿਰ ਉਹਨਾਂ ਨੂੰ ਜਿੱਦਾਂ ਮੇਰਾ ਜਿਹੜਾ ਨੇਚਰ ਹੈਗਾ ਮੇਰੇ ਕੋਲ ਮੈਂ ਸ਼ੀਸ਼ੇ ਵਰਗਾ ਆ ਮੈਂ ਜਿੱਦਾਂ ਦਾ ਅੰਦਰੋਂ ਆਉਂਦਾ ਆਂ ਦਾ ਮੈਂ ਬਾਹਰੋਂ ਆ ਸੋ ਕਈਆਂ ਨੂੰ ਮੇਰਾ ਨੇਚਰ ਚੰਗਾ ਲੱਗਦਾ ਹੈ ਕਈਆਂ ਨੂੰ ਨਹੀਂ ਲੱਗਦਾ ਕੀ ਕਰ ਸਕਦੇ ਹੂਮਨ ਨੇਚਰ ਯੂ ਕੈਨੋਟ ਸੈਟੀਸਫਾਈ ਐਨੀਬਾਡੀ ਰਾਈਟ 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 ਐਂਡ ਇਨ ਪਰਸਨ ਜਦੋਂ ਬੰਦਾ ਮਿਲਦਾ ਹੈ ਕਿਸੇ ਨਾਲ ਅੱਧਾ ਹੀ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਦਾ ਸ਼ਖਸ ਹੈ ਕਿਸ ਤਰ੍ਹਾਂ ਦਾ ਇਨਸਾਨ ਹੈ ਤੁਸੀਂ ਨਾ ਕੁਝ ਦਿਨ ਪਹਿਲਾਂ ਮੈਨੂੰ ਲੱਗਦਾ ਇੱਕ ਵੀਡੀਓ ਸਾਂਝੀ ਕੀਤੀ ਸੀ ਆਪਣੀ ਸਾਬਰ ਕੋਟੀ ਸਾਹਿਬ ਦੇ ਆਪਣੇ ਫਾਦਰ ਸਾਹਿਬ ਦੀ ਮਾਸਟਰ ਸਲੀਮਤੀ ਦੇ ਨਾਲ ਜੁਗਲਬੰਦੀ ਹੈ ਨਾ ਜਿਹੜੇ ਕਰਦੇ ਆ ਦੀ ਜੀ ਜੀ ਉਹ ਇੱਕ ਟਾਈਮ ਸੀ ਬਹੁਤ سارے ਕਿੱਸੇ ਅਸੀਂ ਸੁਨੇ ਹੋਏ ਐ ਕਿ ਉਸ ਟਾਈਮ ਦੇ ਵਿੱਚ ਜਿਹੜੇ ਵੀ ਆਰਟਿਸਟ ਸੀਗੇ ਹੈਨਾ ਬੜਾ ਮੇਲਜੋਲ ਸੀਗਾ ਬੜਾ ਮੇਲਬਲਾਪ ਸੀਗਾ ਔਰ ਬੜਾ ਪਿਆਰ ਸੀਗਾ ਇੱਕ ਦੂਜੇ ਦੇ ਨਾਲ ਹੈਨਾ ਹੁਣ ਜਦੋਂ ਤੁਸੀਂ ਦੇਖਦੇ ਹੋ ਅੱਜ ਕੱਲ ਕਿਉਂਕਿ ਤੁਸੀਂ ਆਰਟਿਸਟ ਹੋ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਤੁਹਾਨੂੰ ਲੱਗਦਾ ਕਿ ਉਹ ਵਾਲੀ ਚੀਜ਼ ਹਜੇ ਵੀ ਹੈਗੀ ਐ ਆਰਟਿਸਟਾਂ ਦੇ ਵਿੱਚ ਆਪਸ ਦੇ ਵਿੱਚ ਕੁਝ ਕ ਆਰਟਿਸਟਾਂ ਦੇ ਵਿੱਚ ਹੈਗੀ ਐ ਪਰ ਜ਼ਿਆਦਾਤਰ ਜਿਹੜਾ ਆ ਨਾ ਐਕਚੁਅਲੀ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਮਿਊਜ਼ਿਕ ਜਿਹੜਾ ਨਾ ਉਹ ਬਹੁਤ ਇਫੈਕਟ ਕਰਦਾ ਹੈ ਬੰਦੇ ਨੇ ਮਾਈਂਡ ਤੇ ਹੁਣ ਗਾਣੇ ਉਦਾਂ ਦੇ ਆ ਗਏ ਆ ਲੋਕਾਂ ਦੇ ਵਿੱਚ ਐਗਰੈਸ਼ਨ ਬਹੁਤ ਹੋ ਗਿਆ ਤੁਸੀਂ ਆਪਣੇ ਘਰ ਦੇ ਵਿੱਚ ਜੇ ਤੁਹਾਡੇ ਘਰ ਦੇ ਵਿੱਚ ਕੋਈ ਕੰਮ ਕਰਨ ਵਾਲਾ ਵੀ ਆ ਤੁਸੀਂ ਉਹਨੂੰ ਉੱਚੀ ਬਾਚ ਨਹੀਂ ਗੱਲ ਕਰ ਸਕਦੇ ਬਿਲਕੁਲ ਬਹੁਤ ਸਾਰੇ ਆਰਟਿਸਟ ਇਦਾਂ ਦੇ ਹੈਗੇ ਆ ਜਿਹੜੇ ਮੇਰੇ ਵਰਗੇ ਆ ਅੰਦਰੋਂ ਬਾਹਰੋਂ ਕੋ ਜੇ ਆ ਔਰ ਬਾਕੀ ਥੋੜਾ ਜਿਆਦਾ ਸਟੈਂਡਰਡ ਵਾਈਜ਼ ਵੀ ਚੱਲਦੇ ਆ ਹਨਾ ਹੁਣ ਸਾਡਾ ਨੇਚਰ ਜਿਹੜਾ ਸ਼ੁਰੂ ਤੋਂ ਸ਼ੁਰੂ ਤੋਂ ਇਦਾਂ ਦਾ ਰਿਹਾ ਕਿ ਬਸ ਪਿਆਰ ਨੂੰ ਪਹਿਲ ਦਿੰਦੇ ਅਸੀਂ ਔਰ ਬਹੁਤ ਸਾਰੇ ਐਸੇ ਭਰਾ ਨੇ ਜਿਹੜੇ ਅਟੈਚਮੈਂਟ ਉਹਨਾਂ ਦੇ ਨਾਲ ਬਹੁਤ ਹੈ ਸਪੋਰਟ ਵੀ ਕਰਦੇ ਨੇ ਭਾਈਚਾਰਾ ਵੀ ਬਹੁਤ ਹੈਗਾ ਸਾਡਾ ਤੋਂ ਮਿਲਦੇ ਜਿਲਦੇ ਰਹਿੰਦਾ ਆ ਬਟ ਉਹਨਾਂ ਨੂੰ ਵੀ ਨਹੀਂ ਚੰਗਾ ਲੱਗਦਾ ਹੁੰਦਾ ਕਿ ਗੁੱਸਾ ਵੀ ਕਰ ਜਾਂਦੇ ਕਿਸੇ ਟਾਈਮ ਕੋਈ ਯਾਰ ਤੂੰ ਮੈਂ ਠੀਕ ਹੈ ਜਿਹੜੀ ਆਪਣਾ ਪਿਆਰ ਹੈਗਾ ਹੈਗਾ ਤੂੰ ਆਂਟੀ ਵੀ ਇਹਨਾਂ ਨਾਲ ਗੱਲਾਂ ਕਰਿਆ ਕਰ ਅੱਛਾ ਸੋ ਸੋ ਬਹੁਤ ਸਾਰੇ ਐਸੇ ਭਰਾ ਨੇ ਜੁੜੇ ਹੋਏ ਨੇ ਨਾਲ ਸਪੋਰਟ ਵੀ ਕਰਦੇ ਨੇ ਐਂਡ ਆਮ ਵੈਰੀ ਥੈਂਕਫੁਲ ਟੂ ਥੈਮ ਬਿਕੋਜ਼ ਉਹਨਾਂ ਦਾ ਕਰਕੇ ਹੀ ਮੈਂ ਬਹੁਤ ਪੋਜ਼ਿਟਿਵ ਹੋਇਆ ਹਾਂ ਔਰ ਜਨਾ ਦੀ ਕੰਪਨੀ ਦੇ ਵਿੱਚ ਆਪਣਾ ਇਹ ਗਾਣਾ ਆਇਆ ਉਹ ਵੀ ਭਾਜੀ ਬਹੁਤ ਮੇਰੇ ਸਪੋਰਟਿਵ ਨੇ ਪ੍ਰਦੀਪ ਜੀ ਉਹ ਵੀ ਬਹੁਤ ਸਪੋਰਟ ਕਰਦੇ ਨੇ ਫੈਮਿਲੀ ਦਾ ਸਪੋਰਟ ਹੈ ਮੇਰੀ ਵਾਈਫ ਦਾ ਸਪੋਰਟ ਹੈ ਜੀ ਔਰ ਬਸ ਉਹਨਾਂ ਦਾ ਸਪੋਰਟ ਸਦਕਾ ਚੱਲੀ ਜਾਂਦੀ ਹੈ ਬਿਲਕੁਲ ਔਰ ਜਿਹੜੇ ਖਾਸ ਲੋਕ ਕੁਝ ਹੁੰਦੇ ਚੁਰੰਦਾ ਹੁੰਦੇ ਨੇ ਬਸ ਇਹਨਾਂ ਦਾ ਸਪੋਰਟ ਬਹੁਤ ਮਾਇਨੇ ਰੱਖਦਾ ਹੁੰਦਾ ਇਹਨਾਂ ਦਾ ਸਾਥ ਬਹੁਤ ਮਾਇਨੇ ਰੱਖਦਾ ਹੁੰਦਾ ਸੋ ਇਹ ਸਾਥ ਤਾਂ ਮੈਨੂੰ ਲੱਗਦਾ ਹਮੇਸ਼ਾ ਬਣਿਆ ਹੀ ਰਹੋਗਾ ਜਿਹੜੇ ਬੰਦੇ ਤੁਹਾਡੇ ਲੋਸ ਦੇ ਵਿੱਚ ਤੁਹਾਡੇ ਨਾਲ ਹੈ ਨਾ ਉਹ ਹਾਈ ਜਦੋਂ ਤੁਹਾਡਾ ਵਧੀਆ ਟਾਈਮ ਹੋਊਗਾ ਉਦੋਂ ਵੀ ਨਾਲ ਹੀ ਹੋਣਗੇ ਹੈ ਨਾ ਸੋ ਮੈਨੂੰ ਲੱਗਦਾ ਕਿ ਅਸਲੀ ਇਨਸਾਨ ਹੈ ਹੀ ਉਹੀ ਹੈ ਜਿਹੜਾ ਇਸ ਵੇਲੇ ਹੱਥ ਤੁਹਾਡਾ ਫੜੇ ਜਦੋਂ ਤੁਹਾਨੂੰ ਲੋੜ ਸੁੱਖ ਦੇ ਵਿੱਚ ਸਾਰੇ ਆ ਜਾਂਦੇ ਆ ਜੀ ਸੋ ਬੰਦੇ ਵਿੱਚ ਸਾਰੇ ਅੱਗੇ ਅੱਗੇ ਹੁੰਦੇ ਆ ਪਰ ਅਸਲ ਬੰਦੇ ਦੀ ਪਛਾਣ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਦੁੱਖ ਦੇ ਵਿੱਚ ਦੇਖੀਦਾ ਬੇਟਾ ਕਿ ਕੌਣ ਆਇਆ ਕੌਣ ਗਿਆ ਹੂੰ ਸੁੱਖ ਦੇ ਵਿੱਚ ਤਾਂ ਸਾਰੇ ਆ ਜਾਂਦੇ ਆ ਸੁੱਖ ਦੇ ਵਿੱਚ ਤਾਂ ਮੰਗਤੇ ਵੀ ਆ ਜਾਂਦੇ ਆ ਘਰ ਮੰਗਾ ਹਾਂ ਬਿਲਕੁਲ ਕੋਈ ਜੀ ਵੱਡੀ ਗੱਲ ਨਹੀਂ ਹੈਗੀ ਪਰ ਇਹ ਆ ਕਿ ਜਿਹੜਾ ਇਨਸਾਨ ਨੇ ਦੁੱਖ ਦੇ ਵਿੱਚ ਤੁਹਾਡਾ ਸਾਥ ਦੇ ਦਿੱਤਾ ਨਾ ਉਹਦਾ ਸਾਥ ਬੇਟਾ ਜ਼ਿੰਦਗੀ ਭਰ ਨਹੀਂ ਸਕਦਾ ਮੋਰ ਭੁੱਲਣਾ ਨਹੀਂ ਉਹਨੇ ਕੀ ਕੀਤਾ ਬਿਲਕੁਲ ਲੱਗ ਕੇ ਠੀਕ ਹੈ ਜੀ ਤੁਹਾਡਾ ਗਾਣਾ ਆਇਆ ਸੀ ਐਂਡ ਦੇ ਵਿੱਚ ਅਪਾ ਕਲੋਜ਼ਿੰਗ ਹੀ ਕਰਨ ਲੱਗੇ ਆ ਬਟ ਤੁਹਾਡਾ ਗਾਣਾ ਆਇਆ ਸੀ ਆਸਟਾ ਦੋ ਤਿੰਨ ਸਾਲ ਪਹਿਲਾਂ ਹੋਰ ਕੀ ਮੰਗਾ ਹੈ ਨਾ ਅੱਜ ਕੱਲ ਵੀ ਬਹੁਤ ਚੱਲ ਰਿਹਾ ਹੈ ਲੋਕਾਂ ਨੂੰ ਪਸੰਦ ਬਹੁਤ ਆ ਉਹਦੀ ਮਿਲਦਾ ਹੈ ਇੱਕ ਉਹਦਾ 뮤직 ਇਦਾਂ ਦਾ ਸੀ ਕਿ ਲੋਕਾਂ ਨੇ ਉਹਦੇ ਲਿਰਿਕਸ ਬੜੇ ਵਧੀਆ ਸੀ ਹੈ ਮੈਂ ਜਾਉਂਗੀ ਦੋ ਲਾਈਨਾਂ ਉਸ ਗਾਣੇ ਦੀਆਂ ਦੇ ਨਾਲ ਅਸੀਂ ਇਸ ਇੰਟਰਵਿਊ ਤੇ ਹੈ ਨਾ ਜਿਹੜੀ ਐਂਡਿੰਗ ਕਰੀਏ ਮੈਂ ਜ਼ਰੂਰ ਸੁਣਾਉਣਾ ਜੀ ਸੋਹਣੇ ਮਾਹੀ ਦਾ ਹੋਇਆ ਏ ਦੀਦਾਰ ਸੋਹਣੇ ਮਾਹੀ ਦਾ ਹੋਇਆ ਏ ਦੀਦਾਰ ਮੇਰਾ ਬੰਦ ਤੇ ਤੂਰੇ ਕੀ ਮੰਗਾ ਮੇਰਬਾ ਤੇ ਥੋੜੀ ਕੀ ਮੰਗਾ ਰੱਬ ਵਰਗਾ ਸਾਡਾ ਸੁਣਾ ਯਾਰ ਮੇਰਬਾ ਤੇ ਥੋੜੀ ਕੀ ਮੰਗਾ ਸਾਡਾ ਸਜਣਾ ਸਾਡਾ ਸੰਸਾਰ ਮੇਰਬਾ ਤੇ ਥੋੜੀ ਕੀ ਮੰਗਾ ਮੇਰਬਾ ਤੇ ਥੋੜੀ ਕੀ ਮੰਗਾ ਉਹ ਥੈਂਕ ਯੂ ਇਦਾਂ ਦੇ ਗਾਣੇ ਮੈਨੂੰ ਲੱਗਦਾ ਹੋਰ ਆਣੇ ਚਾਹੀਦੇ ਬਟ ਫਿਲਹਾਲ ਤੁਹਾਡਾ ਕੌਲ ਗੀਤ ਜਿਹੜਾ ਆਇਆ ਹੈ ਨਾ ਔਰ ਲੋਕੀ ਬਹੁਤ ਪਸੰਦ ਕਰ ਰਹੇ ਹੈ ਅੱਗੇ ਕੀ ਪ੍ਰੋਜੈਕਟਸ ਹੈਗੇ ਪਲਾਨ ਹੋ ਰਹੇ ਕਦੋਂ ਤੱਕ ਰਿਲੀਜ਼ ਸੋਚ ਰਹੇ ਹੋ ਹੁਣ ਗੈਪ ਤਾਂ ਨਹੀਂ ਆਏਗਾ ਵਿੱਚ ਨਹੀਂ ਹੁਣ ਗੈਪ ਕੋਈ ਨਹੀਂ ਆਏਗਾ ਜੀ ਹੁਣ ਕੋਸ਼ਿਸ਼ ਇਹ ਹੈ ਕਿ ਪ੍ਰੋਜੈਕਟਸ ਰੈਡੀ ਨੇ ਬੈਕ ਟੂ ਬੈਕ ਪ੍ਰੋਜੈਕਟਸ ਆਣਗੇ ਔਰ ਕੋਈ ਵੀ ਪ੍ਰੋਜੈਕਟ ਜਿਹੜਾ ਉਹ ਜਿਹੜਾ ਪ੍ਰੀਵੀਅਸ ਪ੍ਰੋਜੈਕਟ ਹੋਏਗਾ ਜਿਵੇਂ ਕਿ ਹੁਣ ਕਾਲ ਆ ਗਿਆ ਉਹ ਇੱਕ ਅਲੱਗ ਇੱਕ ਅਲੱਗ ਜਨਰ ਦਾ ਹੈ ਕਲਾ ਕੈਟਾਗਰੀ ਦਾ ਹੈ ਜਿਹੜੇ ਨੈਕਸ ਸੌਂਗਸ ਆਣਗੇ ਉਹ ਅਲੱਗ ਅਲੱਗ ਲੱਗ ਜਿਦਾਂ ਗੁਲਦਸਤਾ ਹੁੰਦਾ ਸੀ ਗੁਲਦਸਤਾ ਪਿਰੋਇਆ ਹੋਇਆ ਸੋ ਮੈਨੂੰ ਉਮੀਦ ਹੈ ਆਉਣ ਵਾਲੇ ਪ੍ਰੋਜੈਕਟਸ ਨੂੰ ਵੀ ਜਿਦਾਂ ਕਾਲ ਨੂੰ ਪਿਆਰ ਮਿਲ ਰਿਹਾ ਹੈ ਹੋਰ ਕੀ ਮੰਗਾ ਨੂੰ ਮਿਲ ਰਿਹਾ ਉਹਦਾ ਹੀ ਆਉਣ ਵਾਲੇ ਪ੍ਰੋਜੈਕਟਸ ਨੂੰ ਵੀ ਪਿਆਰ ਮਿਲੇਗਾ ਹਮ ਬਿਲਕੁਲ ਐਂਡ ਵਿਸ਼ ਯੂ ਗੁੱਡ ਲੱਕ ਅਸੀਂ ਇਹੀ ਚਾਹੁੰਦੇ ਆ ਕਿ ਇੰਨਾ ਟੈਲੈਂਟ ਹੈ ਤੁਹਾਡੇ ਕੋਲ ਇੰਨੀ ਸੋਹਣੀ ਆਵਾਜ਼ ਤੁਹਾਡੇ ਕੋਲ ਹੈ ਨਾ ਲੋਕੀ ਪਸੰਦ ਵੀ ਬਹੁਤ ਕਰਦੇ ਤੁਹਾਨੂੰ ਲਾਈਵ ਸੁਣਨਾ ਬਹੁਤ ਪਸੰਦ ਕਰਦੇ ਆ ਸੋ ਇਹ ਪਿਆਰ ਲੋਕਾਂ ਦਾ ਤੁਹਾਡਾ ਬਣਿਆ ਰਵੇ ਹੈ ਨਾ ਤੁਸੀਂ ਇਸੇ ਤਰੀਕੇ ਨਾਲ ਹਰ ਕਿਸੇ ਦੀ ਡਿਊਟੀ ਲੱਗੀ ਹੈ ਤੁਹਾਡੀ ਡਿਊਟੀ ਲੱਗੀ ਹੈ ਲੋਕਾਂ ਨੂੰ ਆਪਣੀ ਆਵਾਜ਼ ਦੇ ਨਾਲ ਐਂਟਰਟੇਨ ਕਰਦੇ ਹੋ ਬਿਲਕੁਲ ਜੀ ਬਿਲਕੁਲ ਉਹਨਾਂ ਨਾਲ ਪਿਆਰ ਬਣਾਉਂਦੀ ਸੋ ਇਹ ਚੀਜ਼ ਤੁਸੀਂ ਹਮੇਸ਼ਾ ਜਿਹੜੀ ਹੈ ਆਪਣੇ ਵੱਲੋਂ ਤੁਹਾਡੀ ਪੂਰੀ ਹੁੰਦੀ ਕੋਸ਼ਿਸ਼ ਕੀ ਵਧੀਆ ਹੀ ਹਰ ਚੀਜ਼ ਜਾਵੇ ਕਿਉਂਕਿ ਫਾਦਰ ਸਾਹਿਬ ਦੀ ਲੇਗੇਸੀ ਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਹੈ ਨਾ ਜੀ ਬਿਲਕੁਲ ਸੋ ਤੁਹਾਡੇ ਬੈਕ ਟੂ ਬੈਕ ਸੰਗਸ ਆਂਦੇ ਨੇ ਤੁਸੀਂ ਗੁਲਦਸਤੇ ਜਿਹੜੇ ਆ ਉਹ ਲੋਕਾਂ ਦੀ ਲੈ ਕੇ ਆਂਦੇ ਰਹੋ ਲੋਕੀ ਬਹੁਤ ਜ਼ਿਆਦਾ ਪਿਆਰ ਕਰ ਰਹੇ ਉਹਨਾਂ ਨਾਲ ਥੈਂਕ ਯੂ ਜੀ ਥੈਂਕ ਯੂ ਸਾਡੇ ਵਿਊਰਜ਼ ਨੂੰ ਕੁਝ ਕਹਿਣਾ ਚਾਹੋਗੇ ਜਾਂਦੇ ਜਾਂਦੇ ਆ ਵਿਊਰਜ਼ ਨੂੰ ਇਹੀ ਰਿਕੁਐਸਟ ਕਰਾਂਗੇ ਜੀ ਕਿ ਕੋਈ ਵੀ ਆਰਟਿਸਟ ਹੈ ਉਹ ਬਹੁਤ ਮਿਹਨਤ ਦੇ ਨਾਲ ਆਪਣਾ ਕੁਝ ਵੀ ਪ੍ਰੋਜੈਕਟ ਰੈਡੀ ਕਰਦਾ ਜਿੱਦਾਂ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਹੋਰ ਆਰਟਿਸਟਾਂ ਨੂੰ ਪਿਆਰ ਦਿੰਦੇ ਹੋ ਉਹਨਾਂ ਔਰ ਚੰਗਾ ਗਾਣਾ ਬਜਾਣਾ ਸੁਣੋ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਚੰਗੇ ਗਾਣੇ ਬਜਾਣੇ ਨੂੰ ਹੋਰ ਪ੍ਰਮੋਟ ਕੀਤਾ ਜਾਵੇ ਸੋ ਮੇਰੀ ਇਹੀ ਬੇਨਤੀ ਹੈ ਜੀ थैंक यू थैंक यू so much I thank you thank you so asana Alex Kotiji aur ਬਹੁਤ ਵਧੀਆ ਲੱਗਿਆ ਨਾ ਨਾਲ ਗੱਲਬਾਤ ਕਰਕੇ ਬਹੁਤ ਦਿਲ ਦੀਆਂ ਗੱਲਾਂ ਵੀ ਮੈਨੂੰ ਲੱਗਦਾ ਆਪਾਂ ਆਜ ਕੀਤੀਆਂ ਨੇ ਔਰ ਬਹੁਤ ਸਾਰੇ ਗੀਤ ਜਿਹੜੇ ਸੁਨੇ ਆ ਮੇਰੇ ਪਸੰਦੇ ਦਾ ਗੀਤ ਜਿਹੜੇ ਸੁਨੇ ਆ ਤੁਹਾਡੇ ਵੀ ਓਬਵੀਅਸਲੀ ਇਹ ਹੀ ਸਾਰੇ Song ਜਿਹੜੇ ਫੇਵਰੇਟ ਹੈ ਬਹੁਤ ਜ਼ਿਆਦਾ ਹੋਰ ਦਿਲ ਕਰਦਾ ਹੈ ਕਿ ਇਹਨਾਂ ਦੇ ਮੂੰਹ ਤੋਂ ਹੋਰ ਗੀਤ ਸੁਣੀਏ ਬਟ ਟਾਈਮ ਉਨੀ ਇਜਾਜ਼ਤ ਨਹੀਂ ਦੇ ਰਿਹਾ ਬਟ ਬਹੁਤ ਵਧੀਆ ਲੱਗਿਆ ਨਾ ਗੱਲਬਾਤ ਕਰਕੇ ਉਮੀਦ ਕਰਦੇ ਆ ਇੱਕ ਕਨਵਰਸੇਸ਼ਨ ਤੁਸੀਂ ਵੀ ਇੰਜੋਏ ਕੀਤੀ ਹੋਏਗੀ ਤੁਹਾਨੂੰ ਵੀ ਵਧੀਆ ਲੱਗੀ ਹੋਵੇਗੀ ਅਗਲੀ ਵਾਰ ਮਿਲਦੇ ਆ ਹਾਸ਼ਤਾ ਐਲੈਕਸੀਰਾ ਮੁਲਾਕਾਤ ਕੀਤੀ ਕਿਸੇ ਹੋਰ ਆਰਟਿਸਟ ਦੇ ਨਾਲ ਅਗਲੀ ਅੱਜ ਤੱਕ ਮੈਨੂੰ ਯਾਨੀ ਕਿ ਨਹਿਮਨ ਹਾਸ ਟੂ ਦਾ ਵਿਜਾਦਤ ਸੱਤਰੀਆ ਕਾ